5 ਮਿੰਟ ਦੇ ਵਿੱਚ ਵਿੱਚ ਇੱਥੋਂ লাশ ਲੈ ਕੇ ਨਿਕਲ ਜਾ ਨਹੀਂ ਤਾਂ ਮੋਰਚੇ 'ਚ ਸੁੱਟ ਦਾਂਗੇ ਤੇ ਫੇਰ লাশ ਦੇਖਣ ਦੀ ਵੀ ਤਰਸੇਗਾ ਮੈਂ ਉਹਨੂੰ ਕਹਿੰਨਾ ਮੇਰੇ ਡੰਡੇ ਮਾਰੇ ਸਰ ਉਹਨੇ ਮੇਰੇ ਡੰਡੇ ਹੀ ਨਹੀਂ ਲਿਖੇ ਐਫ ਆਈ ਆਰ 'ਚ ਕਿੱਥੇ ਮਾਰੇ ਆ ਤੁਸੀਂ ਇਹ ਚੀਜ਼ ਸੋਚੀ ਵੀ ਹੁਣ ਮਾਰਕਟ ਆਈ ਤੇ ਗੱਲ ਆ ਗਈ ਵੀ ਇੱਕ ਭਰਾ ਚਲੋ ਕੋਈ ਗੱਲ ਨਹੀਂ ਜਾਇਦਾਦ ਥੋੜੀ ਜਿਹੀ ਮਿਲੀ ਬਹੁਤੀ ਮਿਲੀ ਵੀ ਕਿਸੇ ਨਾਲ ਨਹੀਂ ਲੈ ਕੇ ਜਾਣਾ ਵੀ ਚਲੋ ਇੱਥੇ ਹੀ ਰੱਖ ਦੋ ਅੱਜ ਸਿਰਫ ਤੁਹਾਡੇ ਤੋਂ ਪੋਸਟਮਾਰਟ ਮੰਗ ਰਹੇ ਹਾਂ ਬੇ ਸਾਨੂੰ ਇਹ ਪਤਾ ਲੱਗ ਜੇ ਵੀ ਸਾਡੇ ਜੀ ਦਾ ਮਡੂਲਾ ਗਿਆ ਜਾਂ ਇਹਦੇ ਹਾਰਟ ਚ ਕੋਈ ਪ੍ਰੋਬਲਮ ਆਈ ਟੈਨਸ਼ਨ ਕਰਕੇ ਗਈ ਏ ਕਾਰਨ ਕੀ ਹੈ ਕੋਈ ਮੰਨ ਰਿਹਾ ਹੈ ਪਰਮਾ ਸਹੀ ਪਤਾ ਹੈ ਵੀ ਝਗੜਾ ਵਾਇਰਲ ਹੋਇਆ ਹੈ ਵਰਲਡ ਲੈਵਲ ਤੱਕ ਪਤਾ ਹੈ ਵੀ ਝਗੜਾ ਹੋਇਆ ਹੈ ਇਹ ਨਹੀਂ ਪਤਾ ਸੀ ਕਿ ਉਸ ਝਗੜੇ ਦੇ ਦੌਰਾਨ ਇਹਨਾਂ ਦੀ ਵਾਈਫ ਦੀ ਮੌਤ ਹੋਈ ਹੈ ਡੈਥ ਹੋਈ ਹੈ ਕੱਲ ਜੋ ਸਾਨੂੰ ਰਿਪੋਰਟ ਮਿਲੀ ਜਿੱਤੋਂ ਬਾਅਦ ਇਮੀਡੀਏਟਲੀ ਅਸੀਂ ਫਿਰ ਕੋਰਟ ਵੱਲ ਚੱਲ ਪਏ ਉਹਦੀ ਫਾਈਨਡਿੰਗ ਇਹ ਸੀ ਕਿ 174 ਦੇ ਵਿੱਚ ਇਹਦੀ ਜਿਹੜੀ ਡਿਸਕ੍ਰਿਪਸ਼ਨ ਹੈ ਉਹ ਆਈਓ ਕੋਲੇ ਤੇ ਇਸ ਕੇਸ 'ਚ ਨਾ ਤਾਂ ਬੋਡੀ ਸਾਡੇ ਕੋਲੇ ਤੇ ਦੂਜੀ ਗੱਲ ਇਹ ਆਈਓ ਵੱਲੋਂ ਸਾਨੂੰ ਕੋਈ ਚੱਕੀ ਪੱਤਰ ਨਹੀਂ ਦਿੱਤਾ ਵੀ ਤੁਸੀਂ ਐਟ ਲੀਸਟ ਤੁਸੀਂ ਕੋਈ ਡਾਕਟਰ ਨਹੀਂ ਤੁਹਾਡੇ ਕੋਲ ਕੋਈ ਡਾਕਟਰਸ ਰਿਲੇਟਡ ਕੋ ਡਿਗਰੀ ਨਹੀਂ ਪਲੱਸ 2 ਮੈਡੀਕਲ ਤੁਸੀਂ ਕੀਤਾ ਨਹੀਂ ਐਮਪੀਬੀਬੀਐਸ ਕੀਤੀ ਨਹੀਂ ਉੱਗਾ ਕੇ ਪਹਿਲਾਂ ਫੜ ਲੈਂਦਾ ਫੋਨ ਖੋਣ ਲੱਗਦਾ ਦੂਜੇ ਨਾਲ ਆ ਜਾਂਦੇ ਆ ਮਨੂੰ ਉੱਥੇ ਖੇਤ 'ਚ ਸਿੱਟ ਲੈਣੇ ਆ ਮੇਰਾ ਇੱਕ ਬੰਦਾ ਲੱਟਾਂ ਫੜ ਲੰਦਾ ਦੂਆ ਬਾਵਾ ਫੜ ਲੰਦਾ ਬੁੱਗਾ ਇੱਥੇ ਬੈਠ ਕੇ ਮੇਰਾ ਗਾਲਾ ਖੁੱਟਣ ਲੱ ਜਾਂਦਾ ਖਬਾ ਥੱਲੇ ਹੁੰਦਾ ਸਿਰ ਦੋਤੇ ਉਹਦੀ ਛਾਤੀ ਦੇ ਉੱਪਰ ਚੜ ਕੇ ਵਾਰ ਕੀਤਾ ਪ੍ਰੋਟਲੀ ਪ੍ਰੋਟਲੀ ਇਹਨੂੰ ਅਸੀਂ ਅਟੈਕ ਕਿਹੋਂ ਜਿਹੜੀ ਆਉਣ ਵਾਲੀ ਲੜਾਈ ਆ ਹੁਣ ਕਿਹੜੇ ਪਰਪਸ ਤੋਂ ਲੜੀ ਜਾਊਗੀ ਇੱਕ ਯਾ ਆਪਣੀ ਵਾਈਫ ਦੀ ਜਿਹੜਾ ਤੁਹਾਡਾ ਤੁਸੀਂ ਕਹਿ ਰਹੇ ਹੋ ਕਿ ਹਾਂ ਵੀ ਉਹਨਾਂ ਨਾਲ ਮਿਸ ਹੈਪਨਿੰਗ ਐਦਾਂ ਦੀ ਹੋਈ ਹੈ ਜਿਹੜੀ ਤੁਹਾਡੇ ਬ੍ਰਦਰ ਵੱਲੋਂ ਕੀਤੀ ਗਈ ਹੈ ਯਾ ਲੜਾਈ ਲੜੀ ਜਾਊਗੀ ਪ੍ਰਾਪਰਟੀ ਨੂੰ ਲੈ ਕੇ ਮੇਰੇ ਲਈ ਮੇਰੀ ਪਤਨੀ ਤੋਂ ਪਰ ਤਾਂ ਕੁਝ ਵੀ ਨਹੀਂ ਹੈਗਾ ਆ ਸਾਰਾ ਦੋ ਬੰਦੇ ਨਾਲ ਆ ਸਰ ਆ ਦੇਖ ਇਹਦੇ ਪਿੱਛੇ ਠੀਕ ਜਿਹੜੀ ਆ ਕਿ ਮੈਨੂੰ ਫੜਦੇ ਇਸ ਮੈਟਰ ਨੂੰ ਤੁਸੀਂ ਕਿਵੇਂ ਆਪਣੇ ਨਜ਼ਰੀਏ ਨਾਲ ਦੇਖਦੇ ਹੋ ਕਿਉਂਕਿ ਮੁੱਦਾ ਬੜਾ ਹੀ ਪਹਿਲਾਂ ਲਾਈਟ ਸੀ ਹੁਣ ਇੰਨਾ ਹੈਵੀ ਹੋ ਚੁੱਕਿਆ ਹੈ ਕਿ 7 ਦਿਨ ਤੋਂ ਇਹਨਾਂ ਦੇ ਘਰੇ ਇਹਨਾਂ ਦੀ ਵਾਈਫ ਦੀ ਡੈੱਡ ਬੋਡੀ ਪਈ ਹੈ ਬੜਾ ਡੇਰਿੰਗ ਹੈ ਸੁਣਨ ਚ ਹੈਰਾਨਗੀ ਆਉਂਦੀ ਹੈ ਕਿ ਐਕਚੁਅਲ 'ਚ ਇੱਕ ਕੀ ਸਿਚੁਏਸ਼ਨ ਸੀ ਤੇ ਕੀ ਬਣ ਗਈ ਹੈ ਦੇਖੋ ਮੈਂ ਕਹੂੰਗਾ ਕਿ ਇਟਸ ਵੈਰੀ ਅਨਫੋਰਚੂਨੇਟ ਬੜੀ ਬਦਕਿਸਮਤੀ ਹੈ ਕਿ ਇਹ ਅੱਜ ਦਿਨ ਇਹਨਾਂ ਨੂੰ ਅੱਜ ਦੇਖਣਾ ਪਿਆ ਇਹ ਉਹ ਲੇਡੀ ਭਾਜੀ ਜਿਹੜੀ ਘਰੇ ਔਰ ਸ਼ੀ ਇਸ ਟੋਟਲੀ ਇਨੋਸੈਂਟ ਸਾਡੇ ਏਰੀਆ ਦੇ ਵਿੱਚ ਵੀ ਇਹ ਹੈ ਕਿ ਉਹਨਾਂ ਨੇ ਕਦੀ ਕਿਸੇ ਕਹਿੰਦੇ ਕਿਸੇ ਕਾਨੂੰ ਵੀ ਰੋੜਾ ਨਹੀਂ ਪਾਇਆ ਚੰਗਾ ਨਾਮ ਹੈ ਪਰ ਬਹੁਤ ਇਨਦਰ ਚਨਾਮੀ ਸਾਰੀ ਫੈਮਿਲੀ ਦਾ ਚੰਗਾ ਨਾਮ ਸੀ ਇੱਕ ਲੋਕ ਸਾਡੇ ਏਰੀਆ ਚ ਧਰਨ ਵੀ ਦਿੰਦੇ ਸੀ ਕੀ ਯਾਰ ਇਹਨਾਂ ਨੇ ਤਰੱਕੀ ਕੀਤੀ ਹੈ ਇਕੱਠੇ ਚਲੋ ਡੂ ਟੂ ਸਮ ਡਿਫਰੈਂਸਸ ਇਹਨਾਂ ਦਾ ਸ਼ੁਰੂ ਹੋ ਗਿਆ ਮੈਂ ਕੋਈ ਅੱਜ ਮੁੱਦਾ ਕੁਝ ਹੋਰੇ ਮੈਂ ਉਸ ਤੇ ਬੜਾ ਨਹੀਂ ਜਾਣਾ ਤੁਹਾਨੂੰ ਯਾਦ ਹੋਣਾ ਹੈ ਅੱਜ ਤੋਂ ਕੁਝ 6 ਮਹੀਨੇ ਸਾਲ ਪਹਿਲਾਂ ਬੁੱਗਾ ਨੇ ਦੇ ਘਰੇ ਵਿੜੇ ਚ ਦਾਖਲ ਹੁੰਦਾ ਇਸ ਤੋਂ ਬਾਅਦ ਇਹਨਾਂ ਨੂੰ ਉਹਨਾਂ ਨੇ ਪ੍ਰੋਪਰਲੀ ਉਹਨੇ ਸਲੈਪ ਕੀਤਾ ਫਿਸਟ ਬਲੋ ਦਿੱਤੇ ਇਹ ਥੱਲੇ ਡਿੱਗ ਪੈਂਦਾ ਤਦ ਨੂੰ ਯਾਦ ਹੋਣਾ ਇਹਨਾਂ ਦੀ ਵਾਈਫ ਪਿੱਛੇ ਖੜੇ ਨੇ ਹਾਂ ਉਹਨਾਂ ਨੇ ਫਿਰ ਵੀ ਵਿਚਾਰਿਆਂ ਦੇ ਵਿੱਚ ਇੰਟਰਵੈਨ ਨਹੀਂ ਕੀਤਾ ਇਹਨਾਂ ਦੇ ਸੱਟਾਂ ਵੱਜਦੀਆਂ ਨੇ ਇਹ ਇਹ ਨਵੰਬਰ 2022 ਦੀ ਗੱਲ ਹੈ ਸਰ 2023 ਜਨਵਰੀ ਚ ਆ ਕੇ ਪਰਚਾ ਪੁਲਿਸ ਰਜਿਸਟਰਡ ਕਰਦੀ ਇਹ ਪਹਿਲੀ ਵਾਰੀ ਧੱਕਾ ਨਹੀਂ ਹੋਇਆ ਉਦੋਂ ਵੀ ਬੋਰਡ ਆਫ ਡਾਕਟਰਸ ਕਨਸਟੀਟਿਊਟ ਕਰਵਾਏ ਇਹਨਾਂ ਦੇ ਸੱਟਾਂ ਆਈਆਂ ਰਿਬਸ ਤੇ ਆਈਆਂ ਨੋਜ਼ ਦਾ ਅਪਰ ਪਾਰਟ ਤੇ ਆਈਆਂ ਚਲੋ ਹੁਣ ਆਪਾਂ ਅੱਜ ਦੀ ਗੱਲ ਕਰਦੇ ਹਾਂ ਇਸ سلسلہ ਚੱਲਦਾ ਗਿਆ ਚੱਲਦਾ ਗਿਆ ਜੀ ਅਲਟੀਮੇਟਲੀ ਮੈਂ ਇਹਨਾਂ ਦੇ ਜਿਹੜਾ ਉੱਥੇ ਡਿਸਪਿਊਟ ਹੈ ਮੈਂ ਅਜੋਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਇਟਸ ਅ ਮੈਟਰ ਆਫ ਕੋਰਟ ਦੇਖਾਂਗੇ ਕੀ ਬਣਦਾ ਦੋ ਇਹ ਵੀ ਤਰੀਕ 20 ਦਸੰਬਰ 2022 2023 ਨੂੰ ਆ ਇਸ ਹਾਦਸੇ ਤੋਂ ਕੁ ਤਿੰਨ ਦਿਨ ਪਹਿਲਾਂ ਹਾਈ ਕੋਰਟ ਆਉਂਦੇ ਨੇ ਹਾਈ ਕੋਰਟ ਇੱਕ ਅਸੀਂ ਪਟੀਸ਼ਨ ਦਾਖਲ ਕੀਤੀ ਮੈਂ ਤੇ ਬ੍ਰਦਰ ਨੇ ਉਹ ਪਟੀਸ਼ਨ ਸੀਗੀ ਵਿਗਰਡ ਟੂ ਪ੍ਰੋਟੈਕਸ਼ਨ ਵੀ ਭਾਈ ਮੈਨੂੰ ਬੁੱਗੇ ਨੂੰ ਬਾਈ ਨੇਮ ਪਾਰਟੀ ਬਣਾਇਆ ਐਸਐਸਪੀ ਨੂੰ ਬਣਾਇਆ ਐਸਐਚਓ ਨੂੰ ਬਣਾਇਆ ਔਰ ਹੋਰ ਕੁਛ ਬੰਦੇ ਬਣਾਏ ਵੀ ਇਨਾ ਬੰਦਿਆਂ ਤੋਂ ਮੈਨੂੰ ਜਾਣ ਤੇ ਮਾਲ ਦਾ ਖਤਰਾ ਹੈ ਸੈਕੰਡ ਪ੍ਰੇਅਰ ਕੀ ਸੀ ਟੂ ਟ੍ਰਾਂਸਫਰ ਦੀ ਇਨਵੈਸਟੀਗੇਸ਼ਨ ਫ੍ਰੋਮ ਪੰਜਾਬ ਪੁਲਿਸ ਟੂ ਸੀਬੀਆਈ ਇਹ ਦੋ ਪ੍ਰੇਅਰਸ ਲੈ ਕੇ ਮਾਨਯੋਗ ਐਨਐਸ ਸ਼ਿਕਾਵਤ ਸਾਹਿਬ ਦੀ ਕੋਰਟ ਚ ਮਾਮਲਾ ਲੱਗਦਾ ਹੈ ਜੱਜ ਸਾਹਿਬ ਨੂੰ ਨੋਟਿਸ ਔ ਮੋਸ਼ਨ ਕਰਦੇ ਨੇ ਔਰ ਸਟੇਟਸ ਰਿਪੋਰਟ ਮੰਗ ਲਿਆ ਉਹਨਾਂ ਨੇ ਸਟੇਟ ਆਫ ਪੰਜਾਬ ਤੋਂ ਔਰ ਫਰਵਰੀ 2024 ਦੀ ਡੇਟ ਰੱਖੀ ਔਰ ਮਾਮਲੇ ਦੀ ਨਜਾਕਤ ਨੂੰ ਸਮਝਦੇ ਹੋਏ ਮਾਨਯੋਗ ਹਾਈ ਕੋਰਟ ਵੱਲੋਂ ਐਸਐਚਓ ਬਟਾਲੀ ਵਾਲਾ ਸਿੰਘ ਨੂੰ ਦਸਤੀ ਨੋਟਿਸ ਕੀਤਾ ਵੀ ਇਹਨੂੰ ਰਿਸਪੌਂਡਰ ਨੰਬਰ 10 ਨੂੰ ਤੂੰ ਦੇ ਕੇ ਆਉਣਾ ਉਹ ਦਸਤੀ ਦਾ ਮਤਲਬ ਕੀ ਸੀ ਕਿ ਬੁੱਗੇ ਨੂੰ ਮੋਸਟਲੀ ਕੀ ਹੁੰਦਾ ਭਾਜੀ ਪਟੀਸ਼ਨਸ ਦਾਖਲ ਹੋ ਜਾਂਦੀਆਂ ਨੇ ਕਈ ਵਾਰੀ ਨੋਟਿਸ ਸੰਬੰਧ ਨਹੀਂ ਪਹੁੰਚਦਾ ਸੋ ਹੀ ਇਸ ਨਾਟ ਅਵੇਅਰਡ ਸੋ ਮੌਕੇ ਦਾ ਉਹਦਾ ਮਤਲਬ ਇਹ ਸੀ ਦਸਤੀ ਦਾ ਮਤਲਬ ਇਹ ਹੁੰਦਾ ਇਹਨੂੰ ਬਾਈ ਹੈਂਡ ਦੇਖਿਆ ਪਾ ਜੀ 20 ਤਰੀਕ ਦੀ ਸ਼ਾਮ ਨੂੰ ਇਹ ਸਾਨੂੰ ਮਿਲਦੇ ਨੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਐਸਐਸਪੀ ਨੂੰ ਨਿੱਜੀ ਮਿਲ ਕੇ ਸਾਡੇ ਫਤੇਗੜ ਸਾਹਿਬ ਨੇ ਵੀ ਤੁਸੀਂ ਨਿੱਜੀ ਮਿਲ ਕੇ ਉਹਨਾਂ ਨੂੰ ਇੱਕ ਦਰਖਾਸਤ ਜਰੂਰ ਦੇ ਦਿਓ ਦੁਬਾਰਾ ਵੀ ਮੈਨੂੰ ਥ੍ਰੈਟ ਆ ਰਹੇ ਨੇ ਮੇਰੇ ਬੇਟੇ ਨੂੰ ਆ ਰਹੇ ਨੇ ਅਸੀਂ ਡਿਸਕਸ ਕਰਦੇ ਹਾਂ 23 ਤਰੀਕ ਨੂੰ ਇਹ ਉੱਥੇ ਆਪਣੇ ਮੋਟਰ ਤੇ ਜਿੱਥੇ ਉਹਨਾਂ ਦਾ ਖੂਹ ਹੈ ਉੱਥੇ ਮੌਜੂਦ ਹੈ ਲਗਭਗ ਤੁਸੀਂ ਮੰਨ ਕੇ ਚੱਲੋ 1:30 ਵਜੇ ਦਾ ਵਕੂਆ ਹੈ ਔਰ ਉੱਥੇ ਹੀ ਕੁਝ ਪਣਾਚੀ ਉੱਥੇ ਬੱਗਿਆ ਬੱਗਾ ਤੇ ਬੱਗੇ ਦੇ ਨਾਲ ਕੋਈ ਦੋ ਵਿਅਕਤੀ ਨੇ ਤੇ ਕੋਈ ਇਹਨਾਂ ਨੇ ਦੱਸਿਆ ਉਹਦਾ ਕੁੜਮੇ ਤੇ ਇੱਕ ਵਿਅਕਤੀ ਉਹਦਾ ਕੋਈ ਨਾਮ ਵੀਡੀਓ 'ਚ ਨਹੀਂ ਸਾਹਮਣੇ ਆਈ ਕੱਲੇ ਬੱਗਾ ਹੀ ਸੀਗੇ ਬੱਗਾ ਹੀ ਆਇਆ ਹੋਵੇਗਾ ਚਲੋ ਐਨੀ ਹਾਉ ਕਿਉਂਕਿ ਜਦੋਂ ਮਾਰ ਰਿਹਾ ਸੀ ਕਿਉਂਕਿ ਕੈਮਰੇ ਦਾ ਮੂੰਹ ਬੜਾ ਮੈਂ ਵੀ ਦੇਖਿਆ ਉਹ ਸੋਸ਼ਲ ਮੀਡੀਆ ਤੇ ਪ੍ਰੋਪਰਲੀ ਨਹੀਂ ਦੇਖ ਪਾ ਹੁਣ ਉੱਥੇ ਇਹਨੂੰ ਸੱਟਾਂ ਮਾਰਨ ਲੱਗੇ ਕੁੱਟਣ ਲੱਗੇ ਪਤਾ ਨਹੀਂ ਉਹ ਇਸ ਗੱਲ ਤੋਂ ਚੜ ਗਿਆ ਵੀ ਇਹ ਹਾਈ ਕੋਰਟ ਤੋਂ ਆਰਡਰ ਕਰਾ ਲਿਆ ਹੈ ਇਹ ਹੁਣ ਰੱਬ ਜਾਣਦਾ ਹੈ ਹੁਣ ਉੱਥੇ ਕੀ ਕਰਦੇ ਨੇ ਜੀ ਕਿ ਜਦੋਂ ਇਹਨੇ ਦੇਖ ਲਿਆ ਕਿ ਮੈਨੂੰ ਇਹਦੇ ਇੱਥੇ ਪ੍ਰੋਪਰ ਭੋਲਾ ਜੀ ਦੇ ਇੱਥੇ ਉਹਨੇ ਵਾਰ ਕੀਤਾ ਉਹਦੀ ਕੰਢੀ ਉਹਦੀ ਛਾਤੀ ਦੇ ਉੱਪਰ ਚੜ ਕੇ ਵਾਰ ਕੀਤਾ ਬਰੂਟਲੀ ਬਰੂਟਲੀ ਇਹਨੂੰ ਅਸੀਂ ਅਟੈਕ ਕਰਾਂਗੇ ਅੱਛਾ ਇਹ ਉਹੀ ਡੰਡਾ ਹੈ ਜਿਹੜਾ ਉਹ ਸਾਈਡ ਤੋਂ ਚੱਕ ਕੇ ਮਾਰਦੇ ਨੇ ਉਹ ਮਾਰਦੇ ਨੇ ਤਾਂ ਨਾਉ ਲੈ ਕੇ ਤਾਂ ਗਲਾਕ ਦਬਾ ਰਿਹਾ ਬੇਸਿਕਲੀ ਇਹਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਇੰਟੈਂਸ਼ਨ ਟੂ ਕਿਲ ਸੀ ਉਹਦੀ ਉਸੇ ਤਰ੍ਹਾਂ ਨੇ ਨੌਕਰ ਨੇ ਦੇਖਿਆ ਕਿ ਸਰਦਾਰ ਨੂੰ ਮਾਰ ਦੇਣਗੇ ਇਹ ਉਥੋਂ ਮੌਕੇ ਤੋਂ ਜਦੋਂ ਭੱਜਿਆ ਭੋਲਾ ਕੋਕੀ ਨੂੰ ਐਸੀ ਤਿੰਨ ਨੇ ਤਾਂ ਮੈਂ ਇੱਕਾਂ ਤੇ ਦੂਜੀ ਗੱਲ ਇਹ ਵੀ ਸੀ ਵੀ ਇਗਨੋਰ ਕਰਦਾ ਸੀ ਇਹਨੇ ਦੱਸਿਆ ਜੀ ਕਿ ਇਹਨੇ ਸ਼ੁਰੂ ਤੋਂ ਦੱਸਿਆ ਕਿ ਮੇਰੀ ਮਦਰ ਨੇ ਇੱਕ ਸੌਂ ਪੁਵਾਈਏ ਕਿ ਮੈਂ ਇਹਦੇ ਹੱਥ ਨਹੀਂ ਚੱਕਣਾ ਇਹ ਜਦੋਂ ਭੱਜਣ ਲੱਗਾ ਇਹਨਾਂ ਨੇ ੱੱਕੇ ਨਾਲ ਉਹਦੀ ਚਾਬੀ ਜੜੀ ਉਹ ਬਾਹਰ ਕੱਢ ਲਈ ਤਾਂ ਅਲਟੀਮੇਟਲੀ ਬੁਗਾ ਹੀ ਨੇ ਗੱਡੀ ਲੋਕ ਕਰਤੀ ਵੀ ਹੁਣ ਭੱਜ ਕੇ ਦਿਖਾਓ ਨੌਕਰ ਨੇ ਕਾਲ ਕਰਤੀ ਬੀਬਾ ਜੀ ਨੂੰ ਉੱਥੋਂ 1.5 ਤੋਂ 2 ਕਿਲੋਮੀਟਰ ਇਹਨਾਂ ਦਾ ਫਾਰਮ ਹਾਊਸ ਹੈ ਇਹਨਾਂ ਦੀ ਵਾਈਫ ਨੂੰ ਇਹਨਾਂ ਦੀ ਵਾਈਫ ਨੂੰ ਗੀ ਵੀ ਬਾਈ ਤੁਸੀਂ ਸੈਕਿੰਡ ਚਾਬੀ ਡੁਪਲੀਕੇਟ ਚਾਬੀ ਲੈ ਕੇ ਆ ਜਾਓ ਤੇ ਉਹਨੂੰ ਆ ਕੇ ਚਾਬੀ ਦੋ ਤੋ ਤਾਂ ਪੜ ਸਕਦਾ ਉਹ ਮੁੰਡਾ ਖੁੰਡਾ ਤਾਂ ਹੈ ਨਹੀਂ 60 65 ਸਾਲ ਦੀ ਉਮਰ ਇਹ ਵੀ ਇੱਥੋਂ ਭੱਜੂਗਾ ਹਨਾ 25 30 ਸਾਲ ਵਾਲਾ ਚਲੋ ਉਹਨਾਂ ਦੀ ਵਾਈਫ ਚਾਰਿਆਂ ਨੇ ਸਕੂਟਰੀ ਬਦ ਕਿਸਮਤੀ ਕਹ ਲੋ ਭਾਜੀ ਘਰੇ ਕੰਮ ਕਰਦੇ ਸੀਗੇ ਹਨਾ ਉਹਨਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਉੱਥੇ ਕੋਈ ਕੁਲੇਸ਼ ਹੋ ਰਿਹਾ ਹੈ ਉਹ ਨੌਕਰ ਦੇ ਕੋਲ ਤੇ ਇਹ ਉੱਥੇ ਜਾਂਦੇ ਨੇ ਕਨੇਟਿਕ ਦੀ ਚਾਬੀ ਜਾ ਕੇ ਇਹਨਾਂ ਨੇ ਭੁੱਲਾ ਜੀ ਨੂੰ ਜਾ ਕੇ ਗੱਡੀ ਦੀ ਚਾਪੀ ਫੜਾਈ ਇਹਨੇ ਨੂੰ ਇਹਨਾਂ ਦਾ ਜਿਹੜਾ ਕੁੜਮੇ ਉਹਨਾਂ ਨਾਲ ਇਹਨਾਂ ਦੀ ਬੀਬੀ ਜੀ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ ਮਾਰਨਾ ਹੁਣ ਛੱਡ ਦਿਓ ਜਾਣ ਦਿਓ ਤਾਂ ਉਹ ਆਪਸ ਚ ਹੱਥੋ ਪਾਈ ਵੇਖ ਕੇ ਬੁੱਗੇ ਨੇ ਆ ਕੇ ਇਹਨੂੰ ਧੱਕਾ ਜਿਵੇਂ ਇਹਨਾਂ ਨੇ ਸਾਨੂੰ ਜਿਹੜੇ ਇਹਨਾਂ ਦੇ ਤੁਸੀਂ ਕਹ ਲਓ ਇਹਨਾਂ ਦੀ ਪਲੀ ਹੈ ਇਹਨਾਂ ਦੀ ਕਿ ਬੁੱਗੇ ਨੇ ਆ ਕੇ ਫੋਰਸਫੁਲੀ ਅਰਜਲਟ ਕੀਤਾ ਭਾਬੀ ਆਪਣੀ ਤੇ ਉਹ ਪਿੱਛੇ ਜਾ ਕੇ ਡਿੱਗੇ ਤੇ ਆਹ ਜਿਹੜਾ ਮਧੁੱਲਾ ਬ੍ਰੇਨ ਦਾ ਇਟਸ ਅ ਵੈਰੀ ਸੈਂਸਰੀ ਪਾਰਟ ਆਦਰਵਾਈਸ ਰਾਈਟ ਜਦੋਂ ਇੱਕਦਮ ਉਹ ਜੱਕਦਮ ਡਿੱਗੇ ਨੇ ਤਾਂ ਪਤਾ ਲੱਗਾ ਕਿ ਉਹ ਅਨਕੌਂਸ਼ੀਅਸ ਹੋ ਗਏ ਬਿਹੋਸ਼ ਹੋ ਗਏ 1-2 ਮਿੰਟ ਬਾਅਦ ਡਰ ਕੇ ਇਹਨਾਂ ਨੇ ਵਿਚਾਰਾਂ ਨੇ ਉਹਨੂੰ ਮਲਿਆ-ਮਲਿਆ ਘਬਰਾਹਟ ਸ਼ੁਰੂ ਹੋ ਗਈ ਵੀ ਕਿਤੇ ਕੰਮ ਤਾਂ ਨਹੀਂ ਖਰਾਬ ਹੋ ਗਿਆ ਅਲਟੀਮੇਟਲੀ ਮੈਂ ਗੱਲ ਨੂੰ ਨੇੜੇ ਕਰਾਂ ਉਹਨਾਂ ਦੀ ਸਥਿਤੀ ਨਾਜ਼ੁਕ ਦੇਖ ਕੇ ਇਹਨਾਂ ਨੇ ਫਟਾਫਟ ਹਸਪੀਟਲ ਲੈ ਗਏ ਨੇ ਹਸਪੀਟਲ ਸਰ ਹੁਣ ਜਿਹੜੀ ਗੱਲ ਇੱਥੇ ਆ ਕੇ ਬੜੇ ਵਿਚਾਰ ਦੀਨ ਹੈ ਉਹ ਇਹ ਹੈ ਬੜੀ ਇੰਪੋਰਟੈਂਟ ਹੈ ਕਿ 4 ਘੰਟੇ ਉੱਥੇ ਮੈਡੀਕਲ ਅਫਸਰ ਜਿਹੜੇ ਲੱਗੇ ਨੇ ਮੈਂ ਤਾਂ ਹੈਰਾਨ ਹਾਂ ਵੀ ਉਹਨਾਂ ਨੇ ਸਥਿਤੀ ਕ੍ਰਿਟੀਕਲ ਦੇਖਣ ਦੇ ਬਾਵਜੂਦ ਵੀ ਵੀ ਜੇ ਤੁਹਾਡੇ ਸਮਝ ਨਹੀਂ ਆ ਰਹੀ ਨੂੰ ਰੈਫਰ ਕਰੋ ਇਹ ਸ ਦੀ ਹਰ ਜਕਰੋ ਹਾਰ ਦਾ ਪੇਸ਼ੈਂਟ ਹੈ ਭਾਜੀ ਮਿੰਟ-ਮਿੰਟ ਜ਼ਰੂਰੀ ਹੈ ਇੱਥੇ ਮੈਂ ਜ਼ਰੂਰ ਇੱਕ ਚੀਜ਼ ਰੋਕਣਾ ਚਾਹਾਂਗਾ ਬਾਈ ਜੀ ਕੋਲੇ ਹਣਾ ਚਾਹਾਂਗਾ ਬਾਈ ਜੀ ਜਿਹੜੀ ਐਕਚੁਅਲ ਚ ਸਿਚੁਏਸ਼ਨ ਹੋਈ ਸੀਗੀ ਉਸ ਦਿਨ ਵਾਈਫ ਦੀ ਜਿਵੇਂ ਹੁਣ ਘੁਮਣ ਪਈ ਦੇ ਦਸੀ ਗੱਲ ਤੁਸੀਂ ਵੀ ਇੱਕ ਵਾਰ ਪਲੀਜ਼ ਇਹਨੂੰ ਬਰੀਫ ਚ ਦੱਸੋ ਕਿ ਤੁਸੀਂ ਆਪਣੀ ਅੱਖੋਂ ਉਹ ਇਨਸੀਡੈਂਟ ਉਹ ਮੌਕਾ ਉਭਾਰਦਾ ਤੁਸੀਂ ਅੱਖੋਂ ਦੇਖੀ ਹੈ ਹਾਂਜੀ ਮੈਂ ਨਾ ਜੀ ਮੋਟਰ ਤੇ ਜਾਣਾ ਮੈਂ ਆਪਣੇ ਖੇਤ ਚ ਜਾਣਾ ਜਦੋਂ ਮੈਂ ਖੇਤ ਚ ਜਾਣਾ ਮੈਂ ਸਿਰ ਚੱਕਦਾ ਉਹ ਖਬਟ ਤੇ ਤੁਰਦੇ ਨਾ ਆਪਾਂ ਉੱਪਰ ਨਹੀਂ ਦੇਖ ਸਕਦੇ ਹੁੰਦੇ ਵੀ ਡਿੱਗ ਨਾ ਜਾਈਏ ਉਹ ਖੇਚ ਖੜ ਕੇ ਮੈਂ ਸਿਰ ਚੱਕਦਾ ਮੁਰੇ ਬੁੱਗਾ ਖੜਾ ਦੋ ਬੰਦੇ ਹੋਰ ਖੜੇ ਆ ਮੈਂ ਨਾ ਤੁਹਾਨੂੰ ਵੀਡੀਓ ਦਊਗਾ ਉਹ ਤੁਹਾਨੂੰ ਦੇਖਣਗੇ ਤਿੰਨੇ ਬੰਦੇ ਤਾਂ ਬੁੱਗਾ ਮੇਰੇ ਵੱਲ ਨੂੰ ਭੱਜਦਾ ਮੈਂ ਕਿਹਾ ਵੀ ਮੇਰੇ ਵੱਲ ਨੂੰ ਭੱਜਦਾ ਮੈਂ ਵੀਡੀਓ ਬਣਾਉਣ ਲੱਗਦਾ ਉਹ ਚ ਵੀਡੀਓ ਬਣਾ ਆ ਜਾਂਦੀ ਮੈਂ ਤੁਹਾਨੂੰ ਉਹ ਵੀਡੀਓ ਵੀ ਦਊਗਾ ਕਾਈਂਡਲੀ ਚਲਾ ਲਿਓ ਤਾਂ ਮੈਨੂੰ ਜੀ ਉਹ ਬੁੱਗਾ ਆ ਕੇ ਪਹਿਲਾਂ ਫੜ ਲੈਂਦਾ ਫੋਨ ਖੋਣ ਲੱਗਦਾ ਦੂਜੇ ਨਾਲ ਆ ਜਾਂਦੇ ਆ ਮਨੂੰ ਉੱਥੇ ਖੇਤ 'ਚ ਸਿੱਟ ਲੈਣੇ ਆ ਮੇਰਾ ਇੱਕ ਬੰਦਾ ਲੱਤਾਂ ਫੜ ਲੈਂਦਾ ਦੂਆ ਬਾਹਾਂ ਫੜ ਲੈਂਦਾ ਬੁੱग्गा ਇੱਥੇ ਬੈਠ ਕੇ ਮੇਰਾ ਗਲਾ ਘੁੱਟਣ ਲਾ ਜਾਂਦਾ ਖੱਬਾ ਤੇ ਥੱਲੇ ਹੁੰਦਾ ਸਜਾਉਂਦੇ ਆ ਮੈਂ ਚਲੋ ਜੀ ਔਖਾ ਸੌਖਾ ਉਹ ਤੋਂ ਬਾਹ ਚ ਢਾ ਕੇ ਬੁੱਗੇ ਤੋਂ ਆਪਣਾ ਗਲਾ ਛਡਾਉਣਾ ਫਿਰ ਬੁੱग्गा ਮੇਰਾ ਆ ਇੱਥੇ ਨਾ ਆ ਛਿਲਿਆ ਗਿਆ ਦੇਖੋ ਆ ਗੁੱਠੇ ਨਾਲ ਮੇਰਾ ਇਸ ਜਗ੍ਹਾ ਤੇ ਦੇਣ ਲਾ ਜਾਂਦਾ ਮੈਂ ਜਦੋਂ ਪਿੱਛੇ ਕਰਦਾ ਫਿਰ ਗੁੱਠਾ ਇੱਥੇ ਵੱਜਿਆ ਕਹਿੰਦਾ ਇੱਧਰ ਵੱਜਿਆ ਆਸਾਰਾ ਉਹਦੇ ਨਾਲ ਕਾਲਾ ਪਾਰਟ ਉਹਦੇ ਨਾਲ ਹੋ ਗਿਆ ਗੁੱਠਾ ਇੱਥੇ ਦੇ ਰਿਹਾ ਸੀ ਜਦੋਂ ਮੇਰਾ ਗੁੱਠਾ ਦੇ ਦਿੱਤਾ ਸੌਖਾ ਹੋ ਗਿਆ ਤਾਂ ਫਿਰ ਚਲੋ ਛੱਡ ਕੇ ਚਲੇ ਗਏ ਮੈਂ ਮੋਟਰ ਤੇ ਆ ਗਿਆ ਮਾ ਚਲੇ ਗਏ ਹੋਣੇ ਹੁਣ ਤਾਂ ਜਦ ਦੇਖਿਆ ਮੋਟਰ ਤੇ ਖੜੇ ਆ ਮੈਂ ਸੋਚਿਆ ਵੀ ਇੱਥੋਂ ਭੱਜਣਾ ਚੰਗਾ ਮੈਂ ਗੱਡੀ 'ਚ ਬੈਠਿਆ ਚਾਬੀ ਲਾਈ ਐਨਾਂ ਨੂੰ ਜਿੱਤਾਂ ਕੀ ਬੰਦ ਕਰਨ ਲੱਗਿਆ ਮੇਰੀ ਤਾਕੀ ਫੜ ਫੜ ਲਈ ਹਰਵਿੰਦਰ ਸਿੰਘ ਨੇ ਤੇ ਬੁੱਗੇ ਨੇ ਤਾਕੀ ਨਹੀਂ ਬੰਦ ਕਰਨ ਦਿੱਤੀ ਚਾਬੀ ਕੱਟ ਲਈ ਕਹਿੰਦਾ ਹੁਣ ਕਿੱਥੇ ਜਾਏਗਾ ਪੁਲਿਸ ਬਣਾਈ ਆ ਮੈਂ ਥੱਲੇ ਉਤਰਿਆ ਥੱਲੇ ਉਤਰਿਆ ਤਾਂ ਬੁੱਗਾ ਪੁਲਿਸ ਨੂੰ ਕਾਲ ਕਰਦਾ ਮੈਂ ਲਾਈਵ ਕਰ ਦਿੰਦਾ ਪੁਲਿਸ ਨੂੰ ਕਹਿੰਦਾ ਵੀ ਮੇਰੇ ਖਿਲਾਫ ਕਹਿੰਦਾ ਮੈਂ ਲਾਈਵ 'ਚ ਆਪਣੇ 'ਚ ਕਹਿ ਰਿਹਾ ਵੀ ਤੂੰ ਨਾਲੇ ਤਾਂ ਮੈਨੂੰ ਮਾਰ ਲਿਆ ਮਾਰਨ ਲੱਗਿਆ ਤਾਂ ਨਾਲੇ ਝੂਠ ਬੋਲਦਾ ਨਾਲੇ ਚੋਰ ਨਾਲੀ ਚੜਾਈ ਇਹਨਾਂ ਨੂੰ ਜੀ ਬੱਗਾ ਆਪਣਾ ਫੋਨ ਬੰਦ ਕਰਕੇ ਮੇਰੇ ਵੱਲੋਂ ਸਿੱਧਾ ਜਿੱਥੇ ਉਹਦਾ ਪ੍ਰੋਪਰ ਪਹਿਲਾਂ ਡੰਡਾ ਰੱਖਿਆ ਹੁੰਦਾ ਉਹਥੋਂ ਡੰਡਾ ਚੱਕਦਾ ਮੇਰੇ ਤਿੰਨ ਡੰਡੇ ਲੱਤਾਂ ਤੇ ਮਾਰਦਾ ਮੇਰੇ ਪਜਾਮੇ ਦੇ ਥੱਲੇ ਨਿਸ਼ਾਨ ਤੁਹਾਨੂੰ ਦਿਖਾਵਾਂ ਡੱਡੇ ਨਿਸ਼ਾਨ ਹੈ ਚੌਥਾ ਡੰਡਾ ਜੋ ਮੇਰੇ ਸਿਰ ਤੇ ਮਾਰਨ ਲੱਗਦਾ ਮੈਂ ਡੰਡਾ ਫੜ ਲੈਂਦਾ ਚਲੋ ਡੰਡਾ ਫੜ ਲੰਨਾ ਜੀ ਮੈਂ ਡੰਡਾ ਇਸ ਕਰਕੇ ਫੜਿਆ ਹੋਰ ਨਾ ਮਾਰੇ ਜਦੋਂ ਜਹਦ ਕਰਦੇ ਆ ਨੇ ਉਹਨੂੰ ਸੜੇ ਭਤੀਜਾ ਕੁਦਰਤੀ ਸੜਕ ਨੂੰ ਬੈਂਕ 'ਚ ਲੱਗਿਆ ਵਾ ਫਤਿਹਗੜ ਸੜਕ ਨੂੰ ਲੰਗਿਆ ਹੋਣਾ ਉਹ ਆ ਗਿਆ ਉਹਨੇ ਛਡਾਉਣ ਲੱਗਦਾ ਮਨ ਕਹਿੰਦਾ ਚਾਚਾ ਜੀ ਛੱਡ ਦੋ ਮੈਂ ਤਾਂ ਛੱਡਣਾ ਪਹਿਲਾਂ ਹੀ ਚਾਹੁੰਦਾ ਸੀ ਮੇਰੇ ਤਾਂ ਇਸ ਕਰਕੇ ਫੜਿਆ ਸੀ ਵੀ ਮੇਰੇ ਮਾਰੇ ਨਾ ਚਲੋ ਜੀ ਬੁੱਗੇ ਬੁੱਗਾ ਉਹਨੂੰ ਵੀ ਗਾਲਾਂ ਕੱਢਦਾ ਬੜਾ ਔਖਾ ਉਹ ਤੋਂ ਡੰਡਾ ਛਡਾਉਂਦਾ ਐਨੇ ਨੂੰ ਜੀ ਮੇਰੇ ਨੌਕਰ ਨੇ ਇਸੇ ਦੌਰਾਨ ਹੀ ਫੋਨ ਕਰਤਾ ਮੇਰੀ ਮੈਸੇਜ ਨੂੰ ਮੇਰੀ ਵਾਈਫ ਆ ਗਈ ਆ ਕੇ ਹਰਵਿੰਦਰ ਖੜਾ ਉੱਥੇ ਬੁੱਗੇ ਤੇ ਕੁੜ ਉਦੇ ਕੁੜਮ ਦੇ ਬੁੱਗੇ ਦੇ ਕੁੜਮ ਦੀ ਉਹ ਦੋਸਤੀ ਆ ਲੋਕਲ ਐਮਐਲਏ ਨਾਲ ਬਹੁਤ ਜ਼ਿਆਦਾ ਮੈਂ ਉਹਨੂੰ ਦੋਸਤੀ ਨਹੀਂ ਕਹਿ ਸਕਦਾ ਦੋਸਤੀ ਤੋਂ ਵੀ ਪਤ ਨਹੀਂ ਕੀ ਉੱਪਰ ਹੈ ਜੀ ਤੇ ਉਹ ਕਹਿੰਦੀ ਕਹਿੰਦੀ ਰਹਿਣ ਦੋ ਸਾਨੂੰ ਜੀ ਲੈਣ ਦੋ ਕਿਉਂ ਤੰਗ ਕਰਿਆ ਕੀ ਮਾੜਾ ਤੁਹਾਡਾ ਕਰਿਆ ਤਿੰਨ ਲੱਖ ਜਿestrਾਂ ਬੋਲੇ ਮੈਂ ਲੱਖਣਾ ਕਿਉਂ ਗਾਲ ਤਾਂ ਕੱਢੀ ਨਹੀਂ ਜੀ ਗਾਲ ਤਾਂ ਸਰ ਉਹਨੇ ਉਦਣ ਨਹੀਂ ਕਦੀ ਜਿਵੇਂ ਵਕੀਲ ਸਾਹਿਬ ਨੇ ਦੱਸਿਆ ਜਿੱਦਨ ਮੈਂ ਬੇਹੋਸ਼ ਪਿਆਤਾ ਉਹ ਦਿਨ ਵੀ ਤੁਸੀਂ ਧਿਆਨ ਕਰ ਲਿਓ ਇੱਥੇ ਬੰਦੀ ਆ ਜੀ ਤੇ ਬੁੱਗੇ ਨੇ ਦੇਖਿਆ ਮੇਰੇ ਕੁੜਮ ਦੀ ਬੇਇੱਜ਼ਤੀ ਕਰਤੀ ਭਾਈ ਇਹ ਹੋਇਆ ਕੁੜਮੀ ਆ ਜੀ ਬੁੱਗਾ ਉਹਦਾ ਮੇਰੀ ਵਾਈਫ ਨਾਲ ਧੱਕਾ ਦਿੰਦਾ ਮੈਂ ਪਿੱਛੇ ਗਿਰਦਾ ਉਸ ਤੋਂ ਬਾਅਦ ਜੀ ਅਸੀਂ ਵਾਈਫ ਨੂੰ ਪਾਣੀ ਪੂਣੀ ਪਲਾਉਨੇ ਆ ਖੜਾ ਕਰ ਦਿੰਨੇ ਆ ਫਿਰ ਪੁਲਿਸ ਦੀ ਐਂਟਰੀ ਹੁੰਦੀ ਹੈ ਜਿੱਥੋਂ ਬੁੱਗਾ ਅੱਧਾ 파ਟ ਦੱਸਦਾ ਜਿਹੜਾ ਆ ਡਿੱਗ ਗਈ ਆ ਸਿਰਫ ਜੀ ਆ ਨਹੀਂ ਦੱਸਦਾ ਫਿਰ ਪੁਲਿਸ ਦੀ ਐਂਟਰੀ ਹੁੰਦੀ ਆ ਪੁਲਿਸ ਦੇ ਆਏ ਤੇ ਮੈਂ ਪੁਲਿਸ ਨੂੰ ਕਹਿਣਾ ਜੀ ਤੁਸੀਂ ਬੁੱਗੇ ਦੀ ਗੱਲ ਸੁਣ ਲਓ ਕਿ ਮੇਰੀ ਪਤਨੀ ਦੀ ਹਾਲਤ ਖਰਾਬ ਆ ਉਹਦੇ ਕੋਲ ਖੜਾ ਉਹ ਖੜੀ ਆ ਉੱਥੇ ਉੱਥੇ ਕਿਹੜੇ ਸਰ ਕੋਈ ਕੁਰਸੀ ਆ ਜੀ ਚਲੋ ਜੀ ਐਨੇ ਨੂੰ ਬੁੱਗਾ ਦੋ ਕਰਮ ਇਹਪੁਰਪ ਤੇ ਪੁਲਿਸ ਵਾਲੇ ਗਾਹਾਂ ਤੁਰਦੇ ਆ ਤੇ ਮੇਰੀ ਵਾਈਫ ਦੀ ਹਾਲਤ ਖਰਾਬ ਹੋ ਕੇ ਜਦੋਂ ਐਂ ਕਰਕੇ ਗਿਰਨ ਲੱਗਦੀ ਆ ਪੁਲਸਾਂ ਨੇ ਉਸ ਟਾਈਮ ਕੁਝ ਨਹੀਂ ਕੀਤਾ ਮੈਂ ਦੱਸ ਨਹੀਂ ਉਹਨਾਂ ਦੀ ਪਿੱਠ ਦੀ ਜਦੋਂ ਐਂ ਕਰਕੇ ਗਿਰਨ ਲੱਗਦੀ ਆ ਦੂਜੀ ਵਾਰੀ ਕਿ ਜਿਹੜੀ ਪੁਲਿਸ ਦੱਸ ਰਹੀ ਹੈ ਜਿਹੜੀ ਬੁੱग्गा ਦੱਸ ਰਿਹਾ ਪਹਿਲਾਂ ਵਾਲੇ ਨਹੀਂ ਦੱਸ ਰਿਹਾ ਉਹ ਗਿਰਨ ਲੱਗਦੀ ਆ ਮੈਂ ਉਹਨੂੰ ਫੜਦਾ ਮੇਤੋਂ ਨਹੀਂ ਸੰਭੀ ਜਾਂਦੀ ਤੇ ਚਲੋ ਜੀ ਉਹ ਬੈਠੀ ਆ ਪਿੱਛੇ ਨੂੰ ਮਤਲਬ ਜਿੱਦਾਂ ਮੈਂ ਫੜ ਕੇ ਪਾ ਦਿੰਦੇ ਆ ਫੜ ਕੇ ਪਾਤੀ ਆ ਪਿੱਛੇ ਨੂੰ ਚਲੋ ਜੀ ਉਸ ਤੋਂ ਬਾਅਦ ਉਹਨੂੰ ਮਾੜਾ ਮੋਟਾ ਫਰਸਟ ਏਡ ਦੰਨੇ ਆ ਮੈਂ ਚੱਕਦਾ ਹਸਪਤਾਲ ਲੈ ਜਾਂਦਾ ਹਸਤਾਲ ਜਾ ਕੇ ਮੈਂ ਬੜੀਆਂ ਮਿੰਤਾ ਕਰਦਾ ਮੇਰੀ ਜਾਂਦੀ ਸਾਹਿਬ ਮੇਰੀ ਵਾਈਫ ਤੁਰ ਕੇ ਗਈ ਹੈ ਜੀ ਇੱਥੋਂ ਚੱਕ ਕੇ ਪਾਈਏ ਉੱਥੋਂ ਅਸੀਂ ਦੋ ਬੰਦੇ ਉਹਦੀ ਵੀਡੀਓ ਦੇਖ ਲਓ ਦੋ ਜਣੇ ਫੜ ਕੇ ਅੰਦਰ ਲਜਾਣੇ ਮੇਰੀ ਵਾਈਫ ਕਹਿੰਦੀ ਉਲਟੀ ਆਉਂਦੀ ਹੈ ਮੈਂ ਡਾਕਟਰ ਸਾਹਿਬ ਨੂੰ ਕਿਹਾ ਮੈਂ ਡਾਕਟਰ ਸਾਹਿਬ ਉਲਟੀ ਸੀਰੀਅਕ ਕੇਸ ਚ ਆਉਂਦੀ ਹੈ ਇਹਦੇ ਸਿਰ ਚ ਸੱਟ ਵੱਜੀ ਹੈ ਇਦਾਂ ਇਦਾਂ ਕਰਕੇ ਬੁਗੇ ਨੇ ਧੱਕਾ ਦਿੱਤਾ ਕੋਈ ਗੱਲ ਨਹੀਂ ਨਾ ਉਲਟੀ ਕਰਿਆ ਹੀ ਮੈਂ ਉੱਥੇ ਆ ਕੇ ਬੈਠ ਗਈ ਵਾਈਫ ਮੈਂ ਪਹਿਲਾਂ ਵਾਈਫ ਦੀ ਪੋਜੀਸ਼ਨ ਦੱਸੀ ਕਿਉਂ ਮੈਂ ਤਾਂ ਸਰ ਫਿਰ ਵੀ ਗਲ ਘੁੱਟਿਆ ਮੇਰਾ ਚਲੋ ਉਸ ਸਮੇਂ ਮੈਂ ਠੀਕ ਤਾਂ ਮੈਂ ਕਿਹਾ ਮੈਂ ਬਾਤ ਦੱਸਦਾ ਕਹਿੰਦਾ ਕੀ ਹੋਇਆ ਜੀ ਮੈਂ ਇਦਾਂ ਤਾਂ ਕਰਕੇ ਮੇਰੀ ਵਾਈਫ ਨੂੰ ਧੱਕਾ ਦਿੱਤਾ ਆ ਗੱਲ ਹੋਈ ਇਹ ਪਿੱਛੇ ਸਿਰ ਵੱਜਿਆ ਇਹਦਾ ਤੁਸੀਂ ਦੇਖ ਲਓ ਸਾਨੂੰ ਰੈਫਰ ਕਰ ਦਿਓ ਚਲੋ ਕੋਈ ਨਹੀਂ ਕਹਿੰਦਾ ਦੇਖਦੇ ਆ ਤੇਰਾ ਕੀ ਹੋਇਆ ਮੈਂ ਜਦ ਦੱਸਣ ਲੱਗਿਆ ਮੈਨੂੰ ਕਹਿੰਦਾ ਤੂੰ ਰਹਿਣ ਦੇ ਬਾਲਾ ਨਾ ਬੋਲ ਮੈਨੂੰ ਦਿਸਦਾ ਜਿਹੜੀ ਸਾਡਾ ਦਿਖਦੀ ਹੈ ਮੈਂ ਲਿਖ ਲੈਣੀ ਆ ਲਿਖ ਲੀਆਂ ਸੱਟਾਂ ਮੇਰੀਆਂ ਲਿਖ ਕੇ ਜੀ ਜਦ ਜਾ ਕੇ ਆਪਣੇ ਕਮਰੇ ਚ ਚਲੇ ਗਿਆ ਮੈਂ ਸੋਚਿਆ ਵੀ ਮਰੀਆਂ ਸੱਟ ਤਾਂ ਦੇਖੀ ਨਹੀਂ ਹੈ ਲਿਖੀ ਕਿੱਥੋਂ ਨਹੀਂ ਹੈ ਮੈਂ ਉਹਦੇ ਕਮਰੇ ਚ ਜਾਣਾ ਮੈਂ ਉਹਨੂੰ ਕਹਿਣਾ ਵੀ ਡਾਕਟਰ ਸਾਹਿਬ ਤੁਸੀਂ ਮਰੀਆਂ ਸੱਟ ਤਾਂ ਲਿਖੀ ਨਹੀਂ ਕਦੇ ਦੀ ਕੀ ਲੋੜ ਆ ਮਹਾਂ ਸਰ ਮੇਰਾ ਗਲ ਅੱਜਕਮ ਤਾਂ ਦੇਖੋ ਆ ਦੇਖੋ ਤੁਸੀਂ ਤੁਸੀਂ ਖੂਨ ਚੋ ਰਿਹਾ ਤੇ ਕਾਲਾ ਹੋਇਆ ਪਿਆ ਤਾਂ ਸਰ ਉਹਨੇ ਸਾਰੀ ਐਮ ਐਲ ਆਰ ਕੱਟਣ ਤੋਂ ਬਾਅਦ ਕਾਰਬਨ ਪੇਪਰ ਸਰ ਕੋ ਰੈਡੀ ਕਰਨ ਤੋਂ ਬਾਅਦ ਬਾਅਦ ਚ ਪੈਨ ਨਾਲ ਆ ਸੱਟ ਲਿਖਦਾ ਜੀ ਇੱਥੋਂ ਸਾਬਤ ਕੀ ਹੁੰਦਾ ਜੀ ਨਹੀਂ ਚਾਹੁੰਦਾ ਸੀ ਲਿਖਣੀ ਮੇਰੇ ਕਹਿਣ ਤੋਂ ਬਾਅਦ ਲਿਖੀਓ ਤੁਸੀਂ ਧਿਆਨ ਕਰਨਾ ਜੀ ਇੱਥੋਂ ਹੀ ਉਹਦੀ ਮਨਸ਼ਾ ਪਤਾ ਲੱਗਦੀ ਹੈ ਪਹਿਲੀ ਦੂਜੀ ਮੈਂ ਉਹਨੂੰ ਕਹਿੰਨਾ ਮੇਰੇ ਡੰਡੇ ਮਾਰੇ ਸਰ ਉਹਨੇ ਮੇਰੇ ਡੰਡੇ ਹੀ ਨਹੀਂ ਲਿਖੇ ਐਫ ਆਈ ਆਰ ਕਿੱਥੇ ਮਾਰੇ ਆ ਮਨਤੇ ਹੀ ਨਹੀਂ ਪਤਾ ਵੀ ਤਿੰਨ ਲਿਖਿਆ ਕਿ ਨਹੀਂ ਲਿਖਿਆ ਮੈਂ ਹੁਣ ਤੁਹਾਨੂੰ ਜੋ ਨਹੀਂ ਚੰਗਾ ਲੱਗਦਾ ਇੱਥੇ ਤੁਹਾਡੀ ਇਜਾਜ਼ਤ ਹੋਵੇ ਤੁਹਾਨੂੰ ਬਾਅਦ ਚ ਦਿਖਾ ਦਿੰਨਾ ਪਜਾਮਾ ਖੋਲ ਕੇ ਦਿਖਾ ਦਿੰਨੇ ਇੱਕ ਡੰਡਾ ਇੱਥੇ ਵੱਜੇ ਜੀ ਦੋ ਡੰਡੇ ਬਰੇਕ ਆਹ ਵੱਜੇ ਇੱਕ ਆਹ ਵੱਜ ਸਰ ਜੇ ਪਜਾਮਾ ਖੋਲੂਗਾ ਤਾਂ ਲਿਖੂਗੇ ਨਾ ਡਾਕਟਰ ਨੂੰ ਤਾਂ ਇਹ ਦੱਸਿਆ ਜਾਂਦਾ ਵੀ ਤੁਸੀਂ ਉਹਦੀ ਬਾਡੀ ਦੇ ਪ੍ਰੋਪਰ ਪਾਰਟ ਦੇ ਬਣਾ ਕੇ ਦੱਸਣਾ ਪੈਂਦਾ ਪਿੰਨ ਪੁਆਇੰਟ ਵੀ ਇੱਥੇ ਲਿਖਿਆ ਨਹੀਂ ਭਾਈ ਜੀ ਮੈਂ ਨਾ ਇੱਕ ਚੀਜ਼ ਐਚ ਐਡ ਕਰਨੀ ਚਾਹਾਂਗਾ ਕਮੈਂਟਸ ਮਾਰਦਾ ਤੁਸੀਂ ਵੀ ਇਸ ਸੀਜ਼ਨ ਮੇਰੀ ਜਵਾਬ ਦਿਓ ਕਿ ਪ੍ਰੋਪਰਟੀ ਦਾ ਮੈਟਰ ਸੀ ਜੀ ਵੱਡਾ ਭਰਾ ਸੀ ਛੋਟਾ ਭਰਾ ਸੀ ਦੋਵਾਂ ਭਰਾਵਾਂ ਦੇ ਵਿੱਚ ਮੈਟਰ ਸੀ ਬਾਈ ਜੀ ਤੁਸੀਂ ਵੀ ਮੜੀ ਦਾ ਗੱਲ ਸੁਣਿਓ ਵੀ ਜਦੋਂ ਸ਼ੁਰੂਆਤੀ ਦੌਰ ਤੇ ਜਦੋਂ ਗੱਲ ਡੰਡਿਆਂ ਤੇ ਆ ਜਾਵੇ ਨਾ ਮਾਰ ਕਟਾਈ ਤੇ ਆ ਜਾਵੇ ਭਰਾ ਤੇ ਪਰਿਵਾਰ ਅਲਰਟ ਹੋ ਜਾਂਦਾ ਹੈ ਕੀ ਯਾਰ ਦੇਖੋ ਸਮਾਜ ਵਿੱਚ ਜਲੂਸ ਨਿਕਲ ਰਿਹਾ ਹੈ ਸਮਾਜ ਚ ਰੋਜ਼ ਦਾ ਕਿਉਂਕਿ ਸਮਾਜ ਵੀ ਕਿਤਨਾ ਕਿਤੇ ਮਾੜਾ ਬੋਲਦਾ ਹੈ ਬੁੱਗਾ ਖਾਨਦਾਨ ਬਹੁਤ ਵੱਡਾ ਖਾਨਦਾਨ ਹੈ ਪੁਰਾਣੇ ਗਾਇਕ ਰਹੇ ਨੇ ਹੈਨਾ ਵੀ ਪੰਜਾਬ ਦੇ ਜਿੱਥੇ ਪੁਰਾਣੇ ਗਾਇਕਾਂ ਨੂੰ ਜਾਣਿਆ ਜਾਂਦਾ ਹੈ ਬੁੱਗਾ ਸਾਹਿਬ ਦਾ ਨਾਮ ਇੱਕ ਆਉਂਦਾ ਹੈ ਪਰ ਇੱਕ ਭਰਾ ਵੱਲੋਂ ਪ੍ਰਾਪਰਟੀ ਦੇ ਨਾਂ ਤੇ ਲੜਿਆ ਜਾਂਦਾ ਚਲੋ ਅਸੀਂ ਮੰਨ ਲੈਂਦੇ ਹਾਂ ਕੋਈ ਇਹ ਗਲਤ ਹੈਗਾ ਜਾਂ ਉਹ ਗਲਤ ਹੈ ਕੋਈ ਵੀ ਐਕਸ ਵਾਈ ਜ਼ेड ਬੰਦਾ ਕਹਤਾ ਪਰ ਜਦੋਂ ਮਾਰਕੀਟ ਆਈ ਤੇ ਗੱਲ ਆਵੇ ਨਾ ਬੰਦਾ ਕਿਤੇ ਨਾ ਕਿਤੇ ਅਲਰਟ ਹੋ ਜਾਂਦਾ ਤੁਹਾਡੇ ਦਿਨ ਚ ਭਾਈ ਜੀ ਕਿਉਂ ਨਹੀਂ ਆਇਆ ਜਾਂ ਤੁਸੀਂ ਇਹ ਚੀਜ਼ ਸੋਚੀ ਵੀ ਹੁਣ ਮਾਰਕੀਟ ਆਈ ਤੇ ਗੱਲ ਆ ਗਈ ਵੀ ਇੱਕ ਭਰਾ ਚਲੋ ਕੋਈ ਗੱਲ ਨਹੀਂ ਜਾਇਦਾਦ ਥੋੜੀ ਬੀ ਕਿਸ ਨੇ ਨਾਲ ਨਹੀਂ ਲੈ ਕੇ ਜਾਣਾ ਵੀ ਚਲੋ ਇੱਥੇ ਹੀ ਰੱਖ ਦੋ ਵੀ ਕਿਉਂ ਅੱਗੇ ਤੁਸੀਂ ਲੜਨਾ ਹੈ ਜਾਂ ਕਿਉਂ ਵਧਣਾ ਇਹਦਾ ਮੈਂ ਤੁਹਾਡੇ ਕੋਲ ਵੀ ਜਵਾਬ ਪੁੱਛੂੰਗਾ ਸਰ ਮੈਂ ਨਾ ਪਤਾ ਨਹੀਂ ਕੀ ਗੱਲ ਹੋਗੀ ਮੈਨੂੰ ਐ ਜਦੋਂ ਪਹਿਲੀ ਵਾਰ ਹੀ ਇਹਨੇ ਮਤਲਬ ਇਹ ਜਦੋਂ ਜਦੋਂ ਮੇਰੇ ਸੱਟ ਮਾਰੀ ਉਹ ਚੌਥੀ ਵਾਰੀ ਸੀ ਜਦੋਂ ਪਹਿਲੀ ਵਾਰੀ ਮਾਰੀ ਡੰਡੇ ਤਾ ਥੱਪੜ ਤਪੜ ਮਾਰੇ ਮੈਨੂੰ ਐ ਲੱਗਾ ਵੀ ਯਾਰ ਵੀ ਇਹ ਚੱਲੇ ਹੋ ਸਕਦਾ ਨਹੀਂ ਰਿਅਲਾਈਜ਼ ਕਰਿਆ ਹੋਵੇ ਵੀ ਦੂਜੀ ਵਾਰੀ ਨਹੀਂ ਕਰੂ ਦੂਜੀ ਵਾਰੀ ਹੋਈ ਸਰੇ ਆਪਣੇ ਆਪਣੇ ਦਿਲ ਹੁੰਦੇ ਆ ਜੀ ਕਿਸੇ ਦਾ ਦਿਲ ਉਹ ਮੰਨਣ ਲਈ ਤਿਆਰ ਨਹੀਂ ਹੁੰਦਾ ਫਿਰ ਮਾਰੀ ਹੱਡੀਆਂ ਟੁੱਟ ਗਈਆਂ ਫਿਰ ਇਹ ਸੀਗਾ ਵੀ ਯਾਰ ਮੈਨੂੰ ਮਾਰਤਾ ਨਹੀਂ ਸਕਦਾ ਪਤਾ ਨਹੀਂ ਕਹਤੇ ਜੀ ਮੇਰੇ ਮਾਂ ਯਾਦ ਆ ਜਾਂਦੀ ਸੀ ਪਤਾ ਨਹੀਂ ਮੈਨੂੰ ਇਹੀ ਲੱਗੀ ਗਿਆ ਅੰਤ ਤੱਕ ਵੀ ਯਾਰ ਅੱਛਾ ਹੁਣ ਨਹੀਂ ਕਰੂਗਾ ਹੁਣ ਰਿਅਲਾਈਜ਼ ਕਰੂਗਾ ਹੁਣ ਨਹੀਂ ਕਰੂਗਾ ਹੁਣ ਰਿਅਲਾਈਜ਼ ਕਰੂਗਾ ਬਸ ਇਹੀ ਆਏਗੀ ਇੱਥੇ ਮੈਂ ਇੱਕ ਗੱਲ ਸਰ ਜੋੜਨਾ ਚਾਹੁੰਦਾ ਐ ਇਸ ਬੰਦੇ ਨੇ ਮੇਰੇ ਬੱਚੇ ਨੂੰ ਕੈਨੇਡਾ ਸਰਜੀਤ ਸਿੰਘ son of ਅਤਰ ਸਿੰਘ ਮਾਡਰਨ ਵੈਲੀ ਰਹਿੰਦਾ ਐ ਇਹਦੇ ਜਿੱਥੇ ਵਿਆਹ ਉੱਥੇ ਉਹ ਵਿਆਹਿਆ ਇਹਦਾ ਦੋਸਤ ਹੈ ਇਹਨੇ ਉਸਦੀ ਵਾਈਫ ਨੂੰ ਘਰੇ ਬੁਲਾ ਕੇ ਮੇਰੇ ਖਿਲਾਫ ਝੂਠੀ ਇੱਕ ਪ੍ਰੈਸ ਕਾਨਫਰੰਸ ਵੀ ਕਰੀ ਸੀ ਉੱਥੋਂ ਸਾਫ ਹੁੰਦੀ ਹੈ ਦੋਸਤੀ ਉਹਨੇ ਆਪਣੇ ਫੋਨ ਤੋਂ ਮੇਰੇ ਬੱਚੇ ਨੂੰ ਕੈਨੇਡਾ ਧਮਕੀ ਦਿੱਤੀ ਜਾਨ ਤੋਂ ਮਾਰਨ ਦੀ ਇਸੇ ਮਹੀਨੇ ਚ ਆਪਣੇ ਫੋਨ ਤੋਂ ਮੇਰੇ ਬੱਚੇ ਨੇ ਜਦੋਂ ਮੈਨੂੰ ਦੱਸਿਆ ਮੈਂ ਆਪਣੇ ਉਹਨੂੰ ਫੋਨ ਕਰਿਆ ਸਰਜੀਤ ਨੂੰ ਵੌਇਸ ਨੋਟ ਛੱਡਿਆ ਮੈਂ ਕਿਹਾ ਮੈਂ ਵੌਇਸ ਕਾਲ ਨਹੀਂ ਕਰਨੀ ਵੀ ਰਿਕਾਰਡ ਰਹਿ ਜਾਊਗਾ ਵੌਇਸ ਨੋਟ ਦੇ ਵਿੱਚ ਮੈਨੂੰ ਵੀ ਧਮਕੀ ਦਿੱਤੀਆਂ ਫਿਰ ਉਸ ਤੋਂ ਬਾਅਦ ਜੀ ਉਹ ਬੰਦਾ ਗਲਵਾ ਸਾਡੀ ਚਲੀ ਐਂਡ ਨੂੰ ਆਪਣੇ ਵਾਇਸ ਨੋਟ ਡਿਲੀਟ ਕਰ ਗਿਆ ਉਸ ਤੋਂ ਬਾਅਦ ਉਸ ਬੰਦੇ ਨੇ ਪ੍ਰਾਈਵੇਟ ਕਾਲ ਕਰਾ ਕੇ ਮੇਰੇ ਬੱਚੇ ਨੂੰ ਫਿਰ ਧਮਕੀ ਦਵਾਈ ਜਿੱਦਣ ਮੇਰੀ ਪਤਨੀ ਪੂਰੀ ਹੋ ਗਈ ਉਸ ਤੋਂ ਬਾਅਦ ਫਿਰ ਮੇਰੇ ਬੱਚੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਵੀ ਬੁੱਗੇ ਨਾਲ ਉਹ ਕਰ ਲੋ ਤੇ ਜਿਹੜੀ ਉਹਦੇ ਖਿਲਾਫ ਮੈਂ ਸਟੇਲ ਲਈ ਵੀ ਉਹ ਵਾਪਸ ਲੈ ਲੈ ਵੀ ਨਹੀਂ ਹੁਣ ਤੈਨੂੰ ਮਾਰਨਾ ਅਗਲੀ ਵਾਰੀ ਤੇਰੀ ਹੈ ਆਪਣੀ ਵਾਈਫ ਦੇ ਮਰਨ ਤੋਂ ਬਾਅਦ ਵੀ ਪੁੱਤਰ ਨੂੰ ਕੈਨੇਡਾ ਮੇਰੇ ਬੱਚੇ ਨੇ ਕੈਨੇਡਾ ਕੰਪਲੇਂਟ ਕੀਤੀ ਹੋਈ ਹੈ ਕੰਪਲੇਂਟ ਨੰਬਰ ਮਿਲਿਆ ਹੋਇਆ ਮੇਰੇ ਮਤਲਬ ਉਹ ਮੈਂ ਉਹਦੀ ਦਰਖਾਸਤ ਮਾਨਜੋਗ ਐਸਐਸਪੀ ਸਾਹਿਬ ਨੂੰ ਦਿੱਤੀ ਹੋਈ ਹੈ ਇਸ ਮੈਟਰ ਤੇ ਵੀ ਹੋਣਾ ਪਰ ਪਹਿਲਾਂ ਮੈਂ ਕੁਮਰ ਸਾਹਿਬ ਤੋਂ ਨਾਲ ਗੱਲ ਕਰਨੀ ਚਾਹਾਂਗਾ ਤੁਸੀਂ ਜ਼ਰੀਰ ਜ਼ਰੂਰ ਇਸ ਚੀਜ਼ ਬਾਰੇ ਇੱਕ ਵਾਰ ਆਪਣੀ رائے ਦਿਓ ਵੀ ਐਕਚੁਅਲ ਚ ਇਹ ਮੈਟਰ ਜਿਹੜਾ ਮੈਂ ਤੁਹਾਨੂੰ ਸਵਾਲ ਪੁੱਛਿਆ ਉਸ ਸਵਾਲ ਦਾ ਜਵਾਬ ਵੀ ਦਿਓ ਤੇ ਅੱਜ ਦੀ ਹਾਲਤ ਵੀ ਦੱਸਿਓ ਦੇਖੋ ਮੈਂ ਉਸ ਪਹਿਲੇ ਸਵਾਲ ਦਾ ਜਵਾਬ ਤਾਂ ਇਹ ਆ ਕਿ ਬੀਇੰਗ ਅ ਲਾ ਬੈਡਿੰਗ ਸਿਟੀਜ਼ਨ ਪਹਿਲੀ ਗੱਲ ਤੋਂ ਮੈਂ ਕਹਾਂਗਾ ਕਿ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਐਂਡ ਇਟਸ ਰੀਅਲੀ ਵੈਰੀ ਬੈਡ ਐਗਜ਼ੈਂਪਲ ਫੋਰ ਸੋਸਾਇਟੀ ਸੋਸਾਇਟੀ ਐਸ ਮੈਨੂੰ ਇਹ ਲੱਗਦਾ ਬੀਇੰਗ ਅ ਬ੍ਰਦਰਸ ਯੈਸ ਪ੍ਰਾ ਅਸੀਂ ਵੀ ਭਰਾ ਹਾਂ ਸੋ ਇਹ ਮੈਸੇਜ ਤਾਂ ਸੀ ਰੋਂਗ ਠੀਕ ਹੈ ਜੇ ਆਪਾਂ ਗੱਲ ਮੈਂ ਤੁਸੀਂ ਮੈਨੂੰ ਦੋਨਾਂ ਪੱਖੋਂ ਦੋਨਾਂ ਪੱਖੋਂ ਬੀਇੰਗ ਅ ਲੋਰ ਹੁਣ ਸੈਕੰਡ ਜੇਕਰ ਮੰਨ ਲਓ ਕਿਸੇ ਕਾਲੂ ਮੈਂ ਤੇ ਮੇਰਾ ਭਰਾ ਹੈ ਜਾਂ ਭਰਾਵਾਂ ਚ ਆਪਸ ਤੇ ਮਾਮਲੇ ਹੋ ਜਾਂਦੇ ਨੇ ਤਾਂ ਦਵਿੰਦਰ ਸਿੰਘ ਰਾਣੇ ਬਕਾਇਦਾ ਰਿਪ੍ਰেজੈਂਟੇਸ਼ਨਸ ਐਸਐਸਪੀ ਨੂੰ ਦਿੱਤੀਆਂ ਕਿਸ ਚੀਜ਼ ਦੀਆਂ ਕਿ ਮੇਰੀ ਜਾਨ ਤੇ ਮਾਲ ਦੀ ਰਾਖੀ ਕੀਤੀ ਜਾਵੇ ਰਿਪ੍ਰেজੈਂਟੇਸ਼ਨਸ ਤੋਂ ਬਾਅਦ ਜਦੋਂ ਪੁਲਿਸ ਨੇ ਕੋਈ ਐਕਸ਼ਨ ਨਹੀਂ ਕੀਤਾ ਤਾਂ ਫਿਰ ਨੈਕਸਟ ਪੌੜੀ ਕੀਤੀ ਕਿ ਅਸੀਂ ਮਾਰਜੋਗ ਹਾਈ ਕੋਰਟ ਦੇ ਵਿੱਚ ਬਾਏ ਵੇ ਆਫ ਕ੍ਰਿਮੀਨਲ ਰਿਟ ਪਟੀਸ਼ਨ ਵਿਦ ਰਿਗਾਰਡ ਟੂ ਦੀ ਪ੍ਰੋਟੈਕਸ਼ਨ ਸੁਰੱਖਿਆ ਵੀ ਮੈਨੂੰ ਸੁਰੱਖਿਅਤ ਕੀਤਾ ਜਾਵੇ ਉਦੇਚ ਅਸੀਂ ਬਕਾਇਦਾ 20 ਦਸੰਬਰ ਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਦਰਵਾਜਾ ਖੜਕਾਇਆ ਕਿ ਆਹ ਮਾਮਲਾ ਦੋ ਪਰਾਮਾਂ ਦੇ ਵਿੱਚ ਆਪਸ ਚੱਲ ਰਿਹਾ ਹੈ 올ਰੇਡੀ ਜਿਵੇਂ ਪਹਿਲਾਂ ਬ੍ਰਦਰ ਨੇ ਦੱਸਿਆ ਵੀ ਇੱਕ ਪਰਚਾ 2023 ਚ 325 ਧਾਰਾ ਅਧੀਨ ਜਿਹੜੀ ਪੁਲਿਸ ਨੇ ਉਹ ਦਰਜ ਕਰ ਚੁੱਕੀ ਹੈ ਮੈਟਰ ਰੋਜ਼ਾੜੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਿਹਾ ਹੈ ਸੋ ਉਹਦੇ ਤੇ ਮਾਨਯੋਗ ਹਾਈ ਕੋਰਟ ਨੇ ਬਕਾਇਦਾ ਨੋਟਿਸ ਲੈ ਕੇ ਫਰਵਰੀ ਮਹੀਨੇ ਦੀ ਪਾਈ ਤੇ ਦਸਤੀ ਜਿਹੜੇ ਪਹਿਲਾਂ ਬ੍ਰਦਰ ਨੇ ਦੱਸਿਆ ਉਹ ਇਹਨਾਂ ਤੱਕ ਰੀਸੀਵ ਕਰਵਾਏ ਐੱਸਐੱਸਪੀ ਪਾਰਟੀ ਸੀ ਐੱਸਐਚਓ ਪਾਰਟੀ ਸੀ ਹੁਣ ਮੈਂ ਦੂਸਰੇ ਐਸਪੈਕਟ ਤੇ ਆਉਣਾ ਮੈਨੂੰ ਲੱਗਦਾ ਬੜਾ ਇੰਪੋਰਟੈਂਟ ਹੈ ਆਪਣੀ ਨੂੰ ਡਿਸਕਸ ਕਰਨਾ ਕਿਉਂਕਿ ਬਹੁਤ ਉਹ ਮੈਨੂੰ ਲੱਗਦਾ ਵੀ ਇੰਪੋਰਟੈਂਟ ਪਾਰਟ ਹੈ ਦੇਖੋ ਜੋ ਮਾਮਲਾ ਇਹਨਾਂ ਨੇ ਦੱਸਿਆ ਮੈਂ ਇਹ ਨਹੀਂ ਵੀ ਹੁਣ ਬੜਾ ਇਟ ਲੈਂਥ ਨਹੀਂ ਇਹਨੂੰ ਥੋੜਾ ਸ਼ਾਰਟ ਕਰਦੇ ਆ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਤੁਹਾਡਾ ਭਰਾ ਅਲੋਂਗ ਵਿਦ ਟੂ ਪਰਸਨਸ ਸਪੈਸੀਫਿਕਲੀ ਇਹਨਾਂ ਨੇ ਆਈਡੈਂਟੀਫਾਈ ਕੀਤੇ ਨੇ ਵੀ ਇੱਕ ਬੰਦਾ ਵਿਅਕਤੀ ਹੋ ਸੀ ਇੱਕ ਵਿਅਕਤੀ ਹੋ ਸੀ ਜੇਕਰ ਉਹਨਾਂ ਨੇ ਟਰਾਈ ਕੀਤੀ ਤੁਹਾਡੇ ਗਲੇ ਨੂੰ ਦਬਾਉਣ ਦੀ ਅੱਜ ਵੀ ਉਹ ਤੁਸੀਂ ਹੁਣੇ ਦੇਖੇ ਨੇ ਵੀ ਇੰਜਰੀਜ਼ ਹਜੇ ਤੱਕ ਵੀ ਉਹ ਸਸਟੇਨ ਕਰ ਰਹੀਆਂ ਨੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਦਿਸ ਇਜ਼ ਦਾ ਮੈਟਰ ਆਫ ਅਟੈਂਪਟ ਟੂ ਮਟਰ 307 ਕੀ ਹੈ ਜੇਕਰ ਤੁਹਾਡੇ ਗਲੇ ਨੂੰ ਅਸੀਂ ਇਸ ਤਰੀਕੇ ਨਾਲ ਨਪ ਰਹੇ ਹਾਂ ਤਾਂ ਇਹਦਾ ਮਤਲਬ ਕਿ ਮੈਂ ਟਰਾਈ ਕਰ ਰਿਹਾ ਵੀ ਤੁਹਾਨੂੰ ਮਟਰ ਕਰਾਂ ਕੋਈ ਨੋ ਐਕਸ਼ਨ ਹੈਸ ਬੀਨ ਟੇਕਨ ਸੈਕੰਡ ਜਦੋਂ ਤੁਸੀਂ ਮੇਰੀ ਗੱਲ ਸੁਣੋ ਜਦੋਂ ਇਹਨਾਂ ਦੀ ਵਾਈਫ ਦੀ ਲੈਸਟ ਅਕਿਊਜ਼ ਜਿਹੜਾ ਹੁਣ ਮੈਟਰ ਦਾ ਹੈ ਸਤਵਿੰਦਰ ਬੁੱਕਾ ਉਹ ਇਹ ਮੰਨ ਰਿਹਾ ਹੈ ਪ੍ਰੈਮਾਪਸਾਈ ਪਤਾ ਹੈ ਵੀ ਝਗੜਾ ਵਾਇਰਲ ਹੋਇਆ ਹੈ ਵਰਲਡ ਲੈਵਲ ਤੱਕ ਪਤਾ ਹੈ ਵੀ ਝਗੜਾ ਹੋਇਆ ਹੈ ਤੇ ਨਹੀਂ ਪਤਾ ਸੀ ਕਿ ਉਸ ਝਗੜੇ ਦੇ ਦੌਰਾਨ ਇਹਨਾਂ ਦੀ ਵਾਈਫ ਦੀ ਮੌਤ ਹੋਈ ਹੈ ਡੈਥ ਹੋਈ ਹੈ ਯੈਸ ਮੈਂ ਤੁਹਾਨੂੰ ਦੱਸਣਾ that is the subsequent event ਹੁਣ ਮੈਂ ਸਟੈਪ ਬਾਈ ਸਟੈਪ ਚੱਲਾਂਗਾ ਕਿ ਜਦੋਂ ਐਸ ਪਰ ਸੈਕੰਡ ਇਵੈਂਟ ਜਿਹੜੀ ਸੀ ਇਹਨਾਂ ਦੀ ਵਾਈਫ ਵਾਲੀ ਸੀ ਦੇਖੋ ਪਹਿਲਾਂ ਵੀ ਡਿਸਪਿਊਟ ਚੱਲ ਰਿਹਾ ਸੀ ਮਾਮਲਾ ਕੋਰਟਸ ਦੇ ਵਿੱਚ ਵੀ ਚੱਲ ਰਿਹਾ ਸੀ ਔਰ ਉਸ ਦਿਨ ਵੀ ਡਿਸਪਿਊਟ ਤਾਂ ਹੈ ਸੀ ਇਹ ਵਾਇਰਲ ਹੋ ਗਿਆ ਔਰ ਬੁਗਾ ਖੁਦ ਇੱਕ ਵੀਡੀਓ ਵਾਇਰਲ ਕਰਦਾ ਮੈਂ ਉਹ ਵੀਡੀਓ ਦੇਖੀ ਉਸ ਵੀਡੀਓ ਚ ਉਹ ਪ੍ਰੈਜ਼ੈਂਸ ਆਪਣੀ ਭਾਬੀ ਦੀ ਮੰਨ ਰਿਹਾ ਕਿ ਉਹ ਉਥੇ ਆਈ ਮੈਂ ਕਹਿੰਦਾ ਯਾਰ ਐਸ ਪਰ ਦੀ ਜੋ ਸਾਡਾ ਪ੍ਰੋਸੀਜਰ ਆਫ ਲਾਅ ਹੈ ਜੇਕਰ ਤੁਹਾਡੇ ਐਕਟ ਐਂਡ ਕੰਡਕਟ ਨਾਲ ਜੇਕਰ ਤੁਸੀਂ ਫੋਰਸਫੁਲੀ ਉਹਨਾਂ ਨੂੰ ਧੱਕਾ ਮਾਰਿਆ ਸਿਰ ਵੱਜਿਆ ਤਾਂ ਫਿਰ ਧਾਰਾ 302 ਸਾਡੀ ਆਪੀਸੀ ਚ ਕਿਸ ਚੀਜ਼ ਲਈ ਬਣਾਈਏ ਜੇਕਰ ਤੁਹਾਡੇ ਐਕਟੈਂਡ ਕੰਡਕਟ ਨਾਲ ਮੈਂ ਕਹਿੰਦਾ ਜੇ ਉਹਨਾਂ ਨੂੰ ਨਹੀਂ ਵੀ ੱੱਕਾ ਵੱਜਿਆ ਬੀਇੰਗ ਅ ਲਾਇਰ ਗੱਲ ਕਰ ਰਹੇ ਆ ਤਾਂ ਫਿਰ ਤੁਹਾਡੇ ਐਕਟੈਂਡ ਕੰਡਕਟ ਨਾਲ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਵੇ ਤਾਂ ਧਾਰਾ 304 ਕਲਪੇਬਲ ਹੋਮਾਈਸਾਈਡ ਬਕਾਇਦਾ ਸਾਡੀ ਆਪੀਸੀ ਚ ਪ੍ਰੋਵੀਜ਼ਨ ਆਫ ਲਾਅ ਹੈ ਪਰ ਹੁਣ ਅਗਲੇ ਪੁਆਇੰਟ ਤੇ ਆਓ ਇਸ ਮਾਮਲੇ ਚ ਪੀੜਤ ਕੌਣ ਸੀ ਸਰ ਜੀ ਪੀੜਤ ਸੀ ਦਵਿੰਦਰ ਸਿੰਘ ਹੁਣ ਚਾਹੀਦਾ ਕੀ ਸੀ ਵਾਈਫ ਦੀ ਤਾਂ ਡੈਥ ਹੋ ਗਈ ਚਿਹਰਾ ਦੀ ਸਬਸੈਕਵੈਂਟਲੀ ਉਹਨਾਂ ਦੀ ਫਿਰ ਜਿਹੜੀ ਤੁਹਾਨੂੰ ਪਤਾ ਹੈ ਉਹ ਡੈਥ ਹੋ ਗਈ ਹੁਣ ਪੁਲਿਸ ਦਾ ਕੀ ਸੀ ਵਿਦਨ ਦੀ ਫਰੇਮਵਰਕ ਆਫ ਲਾਅ ਚੱਲਣਾ ਸੀ ਨਾ ਇਹ ਮੈਟਰ ਸੈਂਸਿਟਿਵ ਸੀ ਪਤਾ ਸੀ ਵੀ ਇਹ ਵੱਡੇ ਲੈਵਲ ਤੇ ਵਾਇਰਲ ਹੋ ਰਿਹਾ ਹੈ ਇਮੀਡੀਏਟਲੀ ਇਹਨਾਂ ਦੇ ਸਟੇਟਮੈਂਟ ਰਿਕਾਰਡ ਕਰਦੇ ਇਮੀਡੀਏਟਲੀ ਐਫ ਆਈ ਆਰ ਹੈਜ਼ ਬੀਨ ਰਜਿਸਟਰਡ ਐਸ ਪਰ ਦੀ ਵਰਜਨ ਆਫ ਦੀ ਕੰਪਲੇਨਟ ਪੀੜਤ ਦੇ ਮੁਤਾਬਕ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਦੇ ਔਰ ਮੈਟਰ ਨੂੰ ਥਾਰੋਲੀ ਇਨਵੈਸਟੀਗੇਟ ਕੀਤਾ ਜਿਹੜਾ ਕਿ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਇਟਸ ਅ ਗ੍ਰੇਟ ਫੇਲਿਅਰ ਆਫ ਦੀ ਪਾਰਟ ਆਫ ਦੀ ਇਨਵੈਸਟੀਗੇਸ਼ਨ ਏਜੰਸੀ ਕਿ ਉਹਨਾਂ ਨੇ ਕੀਤਾ ਹੀ ਨਹੀਂ ਹੁਣ ਤੁਸੀਂ ਅਗਲੀ ਗੱਲ ਤੇ ਆਓ ਜੇਕਰ ਪ੍ਰੋਵੀਜ਼ਨ ਆਫ ਲਾ ਕੀ ਵੀ ਇਹੇ ਜੀ ਮੌਤ ਹੋ ਜਵੇ ਜਿੱਦਾ ਛੋ ਮੈਂ ਇਹਨੂੰ ਕਹਾਂਗਾ ਅਨਨੈਚੁਰਲ ਮੋਰਟ ਪੁਲਸ ਨੇ ਐਕਸ਼ਨ ਲਿਆ ਨਹੀਂ ਜਾਂ ਸਸਪੀਸ਼ੀਅਸ ਹਾਲਾਤਾਂ ਦੇ ਵਿੱਚ ਡਾਊਟਫੁਲ ਹਾਲਾਤ ਸ਼ੱਕੀ ਵਾਲੇ ਵੀ ਕੀ ਹੋ ਸਕਦਾ ਸੀ ਕੀ ਇਹ ਚੀਜ਼ ਹੋ ਸਕਦੀ ਸੀ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਬਕਾਇਦਾ ਪ੍ਰੋਵੀਜ਼ਨਸ ਕੀ ਨੇ ਕਿ ਐਸਐਚਓ ਦੇ ਕੋਲ ਜਾਂ ਕਨਸਰਨਡ ਐਸਐਸਪੀ ਦੇ ਕੋਲ ਜਦੋਂ ਇਨਫੋਰਮੇਸ਼ਨ ਹੁੰਦੀ ਏ ਉਹ ਬਕਾਇਦਾ ਤਹਿਸੀਲਦਾਰ ਨੂੰ ਕਹੇਗਾ ਔਰ ਰਿਪੋਰਟ ਕਰੇਗਾ ਤੇ ਤਿੰਨ ਚਾਰ ਵਿਅਕਤੀ ਉਸ ਪਿੰਡ ਤੇ ਜਿੱਥੇ ਡੈੱਡ ਬੋਡੀ ਪਈ ਉਹਦੀ ਜਾ ਕੇ ਸਟੇਟਮੈਂਟ ਰਿਕਾਰਡ ਕਰਨਗੇ ਉਸ ਤੋਂ ਵੱਡਾ ਪਾਟ ਕੀ ਏ ਉਹਨਾਂ ਦਾ ਪੋਸਟਮਾਰਟਮ ਕਰਾਨਗੇ ਅਸੈਸ ਕਰਵਾਉਣਗੇ ਵੀ ਕੌਜ਼ ਆਫ ਕਾਰਨ ਕੀ ਸੀ ਮੌਜਦਾ ਕੌਜ਼ ਆਫ ਡੈਥ ਕੀ ਹੈ ਕਿ ਇੱਥੇ ਇਹਦੇ ਚ ਜਿਹੜੀ ਚੀਜ਼ ਦਾ ਜ਼ਿਕਰ ਮੈਂ ਕੈਮਰੇ ਤੋਂ ਪਹਿਲਾਂ ਕਰ ਰਿਹਾ ਸੀ ਭਾਈ ਜੀ ਕਿ ਤੁਸੀਂ ਇਸ ਚ ਮੈਨੂੰ ਐਕਚੁਅਲ ਰੀਜ਼ਨ ਦੱਸਿਆ ਕਿ ਕੋਰਟ ਵੱਲੋਂ ਸਾਈਨਡ ਹੋ ਗਿਆ ਸੀਗਾ ਲੋਕਲ ਥਾਣੇ ਨੂੰ ਵੀ ਜਿਹੜੀ ਇਹ ਸਿਚੁਏਸ਼ਨ ਹੈਗੀ ਹੈ ਇਸ ਨੂੰ ਪ੍ਰੋਪਰ ਤਰੀਕੇ ਨਾਲ ਵੈਰੀਫਾਈ ਕੀਤਾ ਜਾਵੇ ਆਫਟਰ ਵਾਈਫ ਦੀ ਡੈਥ ਤੋਂ ਬਾਅਦ ਸਭ ਤੋਂ ਪਹਿਲਾਂ ਜਿੱਦਾਂ ਬ੍ਰਦਰ ਦੱਸ ਕੇ ਬੈਠੇ ਨੇ ਪੁਲਿਸ ਨੇ ਭਾਜੀ ਇਹ ਤੈਨਸੋਦੋ ਤੈਨਸੋਚਾਰ ਹੀ ਨੀਸ ਕ੍ਰਾਈਮ ਚ ਹੁੰਦਾ ਹੈ ਗ੍ਰੈਵਿਟੀ ਆਫ ਆਫੈਂਸ ਕ੍ਰਿਮੀਨਲ ਲਾ ਚ ਦੇਖੀ ਜਾਂਦੀ ਹੈ ਕਿ ਇਹਦੀ ਸੈਂਸਿਟੀਵਿਟੀ ਕਿੰਨੀ ਹੈ ਇੱਕ ਲੇਡੀ ਬੰਦਾ ਨਹੀਂ ਨੌਕਰ ਨਹੀਂ ਸੀ ਗਿਆ ਇਹਦਾ ਧਰਮ ਪਤਨੀ ਗਈ ਹੈ ਉਹ ਡੈਥ ਉਹਨਾਂ ਦੀ ਹੁੰਦੀ ਹੈ ਉਹਨਾਂ ਦਾ ਡੈਥ ਹੋਈ ਹੈ ਨੈਚੁਰਲ ਹੈ ਅਨੈਚੁਰਲ ਹੈ ਸਸਪੀਸ਼ੀਅਸ ਹੈ ਮਰਡਰ ਹੈ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਉਹਦੇ ਤੋਂ ਪਹਿਲਾਂ 174 ਦੀ ਸਰ ਜੇਕਰ ਬੇਸਿਕ ਕਾਰਵਾਈ ਕਰ ਦੇ ਜੇ ਡੀਡੀਆਰ ਪਾਉਂਦੇ ਜੇ ਸਟੇਟਮੈਂਟ ਆਫ ਦਵਿੰਦਰ ਦੀ ਉੱਥੇ ਲੈਂਦੇ ਜੇ ਇਹਦੀ ਐਮਐਲਆਰ ਚੈੱਕ ਕਰਦੇ ਗਲਤਾ ਨੀਅਤ ਦੀ ਹੈ ਨਾ ਜੇ ਨੀਅਤ ਹੈ ਤਾਂ ਤਾਂ ਹੀ ਕੰਮ ਹੋਊਗਾ ਹੁਣ ਦੇਖੋ ਇਸ ਕੇਸ ਚ ਕੀ ਹੋਇਆ ਹਸਪੀਟਲ ਲੈ ਕੇ ਜਾਂਦਾ ਬੰਦਾ ਤੁਸੀਂ ਇਹਦੀ ਸਥਿਤੀ ਦੇਖੋ 4 ਘੰਟੇ ਉੱਥੇ ਮੈਂ ਕਹਿੰਦਾ ਡਾਕਟਰਸ ਨੇ ਕੰਮ ਚੰਗਾ ਕੀਤਾ ਹੈ ਮਾੜਾ ਕੀਤਾ I don't know but he is totally dissatisfied ਕਿ ਮੇਰੀ ਵਾਈਫ ਨੂੰ ਯਾਰ ਜੇ ਤੁਹਾਨੂੰ ਪਤਾ ਸੀ ਪਾਜੀ ਪਤਾ ਹੁੰਦਾ ਵੀ ਇਹਦਾ ਹਾਰਟ ਨਹੀਂ ਕੰਮ ਕਰ ਰਿਹਾ ਤੈਨੂੰ ਰੈਫਰ ਕਰ ਦੋ ਵੇਲੇ ਸਰ ਚੰਡੀਗੜ੍ਹ ਸਾਡੇ ਉੱਥੋਂ ਮੁੰਲਾ ਦਾ 25 ਤੋਂ 30 ਮਿੰਟ ਚ ਮਹਾੜੀ ਫੋਟਿਸ ਪਹੁੰਚ ਜਾਂਦਾ 25 ਮਿੰਟ ਇਹ ਫਰਜ ਬਣਦਾ ਸੀ ਇਹ ਫਰਜ ਬਣਦਾ ਸੀਗਾ ਹੁਣ ਇਹ ਕਹਿ ਕੀ ਰਹੇ ਨੇ ਇਹ ਕਹਿ ਕੀ ਰਹੇ ਨੇ ਜਦੋਂ ਦੀ ਡੈਥ ਹੋ ਗਈ ਇਹ ਤਾਂ ਇਨਵਾਇਡ ਹੋ ਗਿਆ ਵੀ ਤੁਸੀਂ ਮੈਨੂੰ 4 ਘੰਟੇ ਚ ਮੈਨੂੰ ਰੈਫਰ ਨਹੀਂ ਕੀਤਾ ਜਾਂ ਤੁਸੀਂ ਲਮਕਾਈ ਰੱਖਿਆ ਇਹ ਕੀ ਕਰ ਰਹੇ ਨੇ ਵੀ ਹੁਣ ਤੂੰ ਮੋਰਚਰੀ ਚ ਰੱਖ ਲੈ ਤੇ ਹੁਣ ਪੋਸਟਮੋਰਟਮ ਵੀ ਤੇਰਾ ਇੱਥੋਂ ਹੀ ਕਰਾਉਣਾ ਤੁਸੀਂ ਪੰਜਾਬੀ ਚ ਅਸੀਂ ਇੱਕ ਚੀਜ਼ ਕਹਿੰਦੇ ਆ ਕਿ ਮੰਨ ਲਓ ਭਾਜੀ ਮੈਨੂੰ ਕਿਸੇ ਕਿਸੇ ਬੰਦੇ ਤੇ ਆਪਣੀ ਦੋਨਾਂ ਦੀ بے ਵਿਸ਼ਵਾਸੀ ਹੋ ਗਈ ਕਿਸੇ ਗੱਲ ਨੂੰ ਕਿ ਮੈਂ ਦੁਬਾਰਾ ਤੁਹਾਡੇ ਨਾਲ ਬੈਠਣ ਦਾ ਵਿਸ਼ਵਾਸ ਕਰੂੰਗਾ ਆਬਵੀਅਸਲੀ ਨਹੀਂ ਔਰ ਬੰਦੇ ਦੀ ਇਹ ਕੁਛ ਛੋਟਾ ਕੇਸ ਨਹੀਂ ਲੇਡੀ ਉਹਦੀ ਵਾਈਫ ਗਵਾ ਚੁੱਕਿਆ ਜਦੋਂ ਇਹਨੇ ਡਿਨਾਈ ਕੀਤਾ ਔਰ ਫੋਰਸਫੁਲੀ ਕਹਿੰਦੇ ਜਿਵੇਂ ਨੇ ਦੱਸਿਆ ਕਿ 5 ਮਿੰਟ ਦੇ ਵਿੱਚ ਵਿੱਚ ਇੱਥੋਂ ਲਾਸ਼ ਲੈ ਕੇ ਨਿਕਲ ਜਾ ਨਹੀਂ ਤਾਂ ਮੋਰਚੀ ਚ ਸੁੱਟ ਦਾਂਗੇ ਤੇ ਫਿਰ লাশ ਦੇਖਣ ਲਈ ਵੀ ਤਰਸੇਗਾ ਇਹ ਕਿਹਦੇ ਸ਼ਬਦ ਸੀਗੇ ਬਾਈ ਜੀ ਐਸ ਐਚ ਓ ਬਡਾਲੀ ਐਸ ਐਚ ਓ ਬਡਾਲੀ ਸਰ ਆ ਮੈਨੂੰ ਸਰ ਗੱਲ ਪਹਿਲਾਂ ਮੈਂ ਕੰਪਲੀਟ ਹਾਂਜੀ 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 ਹੁਣ ਗੱਲ ਇੱਥੇ ਆ ਕੇ ਸਰ ਜਿਹੜੀ ਮੇਰੀ ਇੰਪੋਰਟੈਂਟ ਹੈ ਹੁਣ ਕਿਸੇ ਵੀ ਵਿਅਕਤੀ ਕੋਲ ਪਾਚੀ ਜਦੋਂ ਕੋਈ ਬੰਦੇ ਦਾ ਘਰ ਦਾ ਜੀ ਜਾਂਦਾ ਹੈ ਵਿਕਟਮ ਕਹਿ ਲਈਏ ਕੀ ਰਾਹਤ ਰਹਿ ਗਈ ਉਹਨੇ ਸਭ ਤੋਂ ਪਹਿਲਾਂ ਪੁਲਿਸ ਦਾ ਦਰਵਾਜ਼ਾ ਖੜਕਾਉਣਾ ਹੈ ਉਹ ਬੰਦ ਫਿਰ ਉਸ ਤੋਂ ਬਾਅਦ ਸਾਡੇ ਕੋਲ ਕੀ ਹੁੰਦਾ ਜੀ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਨੂੰ ਖੜਕਾਓ ਸਿਵਲ ਐਡਮਿਨਿਸਟ੍ਰੇਸ਼ਨ ਦੇ ਤੋਸੀਆਸੀ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਕਸਟੋਡੀਅਨ ਬੋਲਦੇ ਆ ਉਹਦਾ ਉਹਦਾ ਮਾਲਕ ਹੈ ਉਹ ਅਸੀਂ ਡੀਸੀ ਸਾਹਿਬ ਨੂੰ ਆਪ ਪਰਸਨਲ ਪਰਸੋਂ ਮਿਲੇ ਐਸਜੀਐਮ ਸਾਹਿਬ ਉਹਨਾਂ ਨੇ ਰੈਫਰ ਕੀਤਾ ਐਸਜੀਐਮ ਬੱਸੀ ਪਠਾਣਾ ਨੂੰ ਉਹਨਾਂ ਨੂੰ ਮਿਲਿਆ ਉਹਨਾਂ ਨੇ ਗਾਂ ਦੇਖੋ ਤੁਰੰਤ ਕਾਰਵਾਈ ਤਾਂ ਉਹਨਾਂ ਨੇ ਕੀਤੀ ਪਰ ਉਹਦਾ ਸਾਨੂੰ ਫਾਇਦਾ ਤਾਂ ਨਹੀਂ ਹੋਇਆ ਉਹਨਾਂ ਨੇ ਸਿਵਲ ਸਰਜਨ ਨੂੰ ਲਿਖਤਾ ਵੀ ਇਹਦਾ ਜਿਵੇਂ ਕਹਿੰਦੇ ਨੇ ਪੋਸਟਮਾਰਟਮ ਨਿਯਮ ਅਨੁਸਾਰ ਕਰ ਦਿਓ ਔਰ ਉਹਦੀ ਸਿਵਲ ਸਰਜਨ ਦੀ ਨੈਕਸਟ ਡੇ ਰਿਪੋਰਟ ਕੀ ਸੀ ਕੱਲ ਜੋ ਸਾਨੂੰ ਰਿਪੋਰਟ ਮਿਲੀ ਜਿੱਤੋਂ ਬਾਅਦ ਇਮੀਡੀਏਟਲੀ ਅਸੀਂ ਫਿਰ ਕੋਰਟ ਵੱਲ ਚਲ ਪਏ ਉਹਦੀ ਫਾਈਨਡਿੰਗ ਇਹ ਸੀ ਕਿ 174 ਦੇ ਵਿੱਚ ਇਹਦੀ ਜਿਹੜੀ ਡਿਸਕ੍ਰਿਪਸ਼ਨ ਹੈ ਉਹ ਆਈਓ ਕੋਲੇ ਤੇ ਇਸ ਕੇਸ 'ਚ ਨਾ ਤਾਂ ਬੋਡੀ ਸਾਡੇ ਕੋਲੇ ਤੇ ਦੂਜੀ ਗੱਲ ਇਹ ਆਈਓ ਵੱਲੋਂ ਸਾਨੂੰ ਕੋਈ ਚਿੱਠੀ ਪੱਤਰ ਨਹੀਂ ਦਿੱਤਾ ਗਿਆ ਸੋ ਅਸੀਂ ਨਹੀਂ ਕਰਾਂ ਸਾਡੇ ਕੋਲ ਹੈ ਹੀ ਨਹੀਂ ਪ੍ਰੋਵੀਜ਼ਨ ਨਹੀਂ ਡਾਇਰੈਕਟਲੀ ਦੇ ਆ ਰਾਈਟ ਹੁਣ ਇਨੀਸ਼ੀਏਟਿਵ ਤਾਂ ਆਈਓ ਨੇ ਲੈਣਾ ਸੀਗਾ ਹੁਣ ਅਸੀਂ ਤਾਂ ਉਹਨੂੰ ਪੜਾ ਨਹੀਂ ਸਕਦੇ ਉਸ ਤੋਂ ਬਾਅਦ ਸਾਰਾ ਅਸੀਂ ਕੀ ਕਰਦੇ ਹਾਂ ਕੋਰਟ ਚ ਦਰਵਾਜ਼ਾ ਖੜਕਾਤਾ ਬਿੱਤੂ ਸੀ 153 ਦਿਨ ਜਿਹੜਾ ਇਸ ਤੱਕ ਆਸੀ ਪੁੰਨੇ ਆ ਦੇਖੋ ਇੱਕ ਤਾਂ ਸਬਾ ਦੇ ਦਿਨ ਛੁੱਟੀਆਂ ਕੋਰਟ ਚ ਹੋਈਆਂ ਨੇ ਉਧਰੋਂ ਹਾਈ ਕੋਰਟ ਬੰਦੇ ਅਲਟੀਮੇਟਲੀ ਅਸੀਂ ਸੀਜੀਐਮ ਸਾਹਿਬ ਕੋਲ ਉੱਥੇ ਫਤੇਗੜ ਸਾਹਿਬ ਬੈਠੇ ਸੀ ਉਹਨਾਂ ਦੀ ਕੋਰਟ ਚ 153 ਦਿਨ ਚ ਇਸ ਤੱਕ ਆਪਤਾ ਔਰ ਉਹਦੇ ਚ ਮੰਗ ਕੀਤੀ ਵੀ ਇੱਕ ਤਾਂ ਪਰਚਾ ਤੇ ਦੂਜਾ ਅਸੀਂ ਇਨਟੈਰ ਮੰਗ ਲਿਆ ਵੀ ਪੋਸਟਮਾਰਟਮ ਕਰਵਾ ਦਿਓ ਕੁਝ ਨਹੀਂ ਮੰਗਦੇ ਇਨਸਾਫ ਨਹੀਂ ਮੰਗਦੇ ਅੱਜ ਸਿਰਫ ਥੋੜੇ ਤੋਂ ਪੋਸਟਮਾਰਟਮ ਮੰਗ ਰਹੇ ਆ ਬਸ ਸਾਨੂੰ ਇਹ ਪਤਾ ਲੱਗ ਜੇ ਵੀ ਸਾਡੇ ਜੀ ਦਾ ਮਡੂਲਾ ਗਿਆ ਜਾਂ ਇਹਦੇ ਹਾਰਟ ਚ ਕੋਈ ਪ੍ਰੋਬਲਮ ਆਈ ਟੈਨਸ਼ਨ ਕਰਕੇ ਗਈ ਇਹ ਕਾਰਨ ਕੀ ਹੈ ਉੱਥੇ ਸਾਰਾ ਸੀ ਸਿਰਫ ਇੱਕ ਮੰਗ ਰੱਖੀ ਕਿ ਸਾਡਾ ਤੁਸੀਂ ਫਤੇਗੜ ਸਾਹਿਬ ਤੋਂ ਜੀ ਬਖਤੀ ਤੋਂ ਕਰਾ ਦੋ 16 ਤੋਂ ਕਰਾ ਦੋ ਐਂਡ ਮੈਂ ਉੱਥੇ ਓਪਰਲੀ ਕੋਰ ਚ ਇਹ ਕਿਹਾ ਕਿ ਵੀ ਆਰ ਰੈਡੀ ਟੂ ਬੀਅਰ 올 ਦ ਐਕਸਪੈਂਸਸ ਜੋ ਵੀ ਖਰਚਾ ਆਏਗਾ ਜੀ ਮੈਂ ਆਪਣੀ ਜੇਬ ਚੋਂ ਕਰਨ ਨੂੰ ਤਿਆਰ ਹਾਂ ਜੇ ਕੋਈ ਐਂਬੂਲੈਂਸ ਡਾਕਟਰਾਂ ਦਾ ਜੋ ਵੀ ਹੁੰਦਾ ਚਲੋ ਜੱਜ ਸਾਹਿਬ ਨੇ ਮੈਨੂੰ ਉਹ ਉਹ ਜਿਹੜਾ ਸੀ ਉਹਨੂੰ ਜ਼ਰੂਰੀ ਰੱਖ ਕੇ ਅੱਜ ਲਈ ਰੱਖ ਲਿਆ ਅੱਜ ਅਸੀਂ ਸਵੇਰੇ ਪਹੁੰਚੇ ਜੱਜ ਸਾਹਮਣੇ ਐਟ ਲੈਂਥ ਸਾਡਾ ਕੇਸ ਸੁਣਿਆ ਅਮਿਤ ਬਖਸ਼ੀ ਜੀ 35 35 ਮਿੰਟ ਪੂਰਾ ਡਿਟੇਲ ਚ ਹੀ ਇਸ ਟੋਟਲੀ ਕਨਵਿੰਸਡ ਬਟ ਉਹਨਾਂ ਨੇ ਕਿਹਾ ਕਿ ਕੁਮਨ ਸਾਹਿਬ ਇਹਦੇ ਵਿੱਚ ਪਰਚਾ ਮੈਂ ਕਿਹਾ ਜੀ ਮੈਨੂੰ ਪਰਚੇ ਸੰਬੰਧੀ ਨਹੀਂ ਕੋਈ ਕਾਰਵਾਈ ਮੈਂ ਕਿਹਾ ਜੀ ਇਹ ਚੀਜ਼ ਤਾਂ ਥਾਣਾ ਦੱਸ ਸਕਦਾ ਹੁਣ ਪ੍ਰੋਵੀਜ਼ਨ ਆਫ ਲਾ ਉਸ ਸੀ ਆਰ ਪੀ ਸੀ ਅਸੀਂ ਵੀ ਪੜ੍ਹੀ ਹੈ ਜੀ ਉਹਦੇ ਚ ਕੀ ਹੈ ਕਿ 174 ਦੀ ਕਾਰਵਾਈ ਪੁਲਿਸ ਕ੍ਰਿਮੀਨਲ ਲਾ ਉਦੋਂ ਫੋਰਸ ਚ ਆਏਗਾ ਜਦੋਂ ਪੁਲਿਸ ਨੇ ਪੁਲਿਸ ਫਾਈਲ ਸ਼ੁਰੂ ਕੀਤੀ ਕ੍ਰਿਮੀਨਲ ਹੋ ਗਈ। ਭਾਜੀ ਇਹਨਾਂ ਨੇ ਜੱਜ ਸਾਹਿਬ ਨੇ ਕਾਲ ਕੀਤੀ ਪੁਲਿਸ ਨੂੰ। ਔਰ ਜੱਜ ਸਾਹਿਬ ਨੇ ਸਾਨੂੰ ਕਲੀਅਰ ਕਹਿਤਾ ਕਿ ਦੇਖੋ ਮੈਂ ਬੱਤੀ ਕੋ ਕਿ ਜੂਰਿਸਡਿਕਸ਼ਨ ਤੋਂ ਬਾਹਰ ਜਾਂਦਾ ਹੈ। ਘੇਰੇ ਤੋਂ ਬਾਹਰ ਹੈ। ਵੀ ਆਪਾਂ ਮੰਡੀ ਗੁੰਦਗੜ ਕਰ ਦਨੇ ਆ। ਉੱਥੇ ਬੋਰਡ ਆਫ ਡਾਕਟਰਸ ਵੀ ਕਰਦਾਂਗੇ ਇੱਕ ਮੈਂ ਕਿਹਾ ਜੀ ਫੋਰੈਂਸਿਕ ਸਾਇੰਸ ਸਾਨੂੰ ਜਿਹੜਾ ਇੱਕ ਲੈਬੋਰੀ ਵਾਲੇ ਟੈਕਨੀਸ਼ੀਅਨ ਡਾਕਟਰ ਇਹ ਉਹ ਕਰ ਲੋ। ਇੱਕ ਮੈਂ ਕਿਹਾ ਜੀ ਵੀਡੀਓਗ੍ਰਾਫੀ ਸਾਡੀ ਕਰਵਾ ਦੋ। ਜੱਜ ਸਾਹਿਬ ਨੇ ਥਰੂ ਨੈਬ ਕੋਰਟ ਐਸ ਐਚ ਓ ਨੂੰ ਕਾਲ ਕੀਤੀ। ਐਸਾ ਚ ਨੂੰ ਕੋਲ ਨਹੀਂ ਡਾਇਰੈਕਟਲੀ ਓਕੇ ਕਿਉਂਕਿ ਅੱਜ ਸਭਾ ਕਰਕੇ ਪੋਸੀਬਲ ਨਹੀਂ ਸੀ ਬ ਉਹਨੂੰ ਇਨ ਪਰਸਨ ਬੁਲਾਉਂਦੇ ਉਸ ਤੋਂ ਬਾਅਦ ਐਸਆਈ ਉੱਥੇ ਜਿਹੜੇ ਇਹਨਾਂ ਦੇ ਕੇਸ ਚ ਆਈਓਏ ਭਪਿੰਦਰ ਉਹਦੇ ਨਾਲ ਗੱਲ ਹੁੰਦੀ ਏ ਔਰ ਹੀ ਸੈਡ ਕਿ ਮੈਂ ਇਸ ਕੇਸ ਦੇ ਵਿੱਚ ਕੋਈ ਐਫਆਈਆਰ ਦਰਜ ਨਹੀਂ ਕੀਤੀ ਸੈਕੰਡ ਸਿਰਫ ਇੱਕ ਡੀਡੀਆਰ ਪਾਤੀ ਏ ਉਹ ਕੀ ਪਾਤੀ ਵੀ ਇਹ ਕੇਸ ਚ ਕੋਈ ਵੀ ਸਸਪੀਸ਼ੀਅਸ ਸਰਕਮਸਟੈਂਸ ਦੀ ਡੈਥ ਸਾਨੂੰ ਅਨੈਚੁਰਲ ਡੈਥ ਲੱਗੀ ਨਹੀਂ ਇਹ ਸਟੇਟਮੈਂਟ ਦੇ ਬੇਸ ਤੇ ਜੱਜ ਸਾਹਿਬ ਨੇ ਸਾਨੂੰ ਇਹ ਗੱਲ ਉੱਥੇ ਕਲੀਅਰ ਕਰਦੀ ਵੀ ਘੁਮਨ ਸਾਹਿਬ ਤੁਹਾਡਾ ਤਾਂ ਨਾ ਕੋਈ ਉੱਥੇ ਪਰਚਾ ਹੈ ਤੇ ਦੂਜੀ ਗੱਲ ਆਈ ਉਹ ਵੀ ਕਹਿ ਰਿਹਾ ਜੀ ਵੀ ਇਹ ਤਾਂ ਨੈਚੁਰਲ ਡੈਥ ਹੈ ਵੀ ਦੇਖੋ ਪੁਲਿਸ ਫਾਈਲ ਜ ਤੱਕ ਹੈਲਪ ਨਹੀਂ ਕਰਦੀ ਦੇਖੋ ਕੋਰਟ ਨੇ ਤਾਂ ਡਾਇਰੈਕਟ ਕਰਨਾ ਨਾ ਪੁਲਿਸ ਨੂੰ ਉਹ 174 ਕਰਨ ਨੂੰ ਤਿਆਰ ਨਹੀਂ ਤਾਂ ਇਟ ਮੀਨਸ ਵੀ ਸਾਡੀ ਫਾਈਲ ਤਾਂ ਤੁਸੀਂ ਕਹਿ ਸਕਦੇ ਹੋ ਵੀ ਬੰਦ ਹੈ ਸੋ ਅਲਟੀਮੇਟਲੀ ਮੈਂ ਟਾਈਮ ਜ਼ਿਆਦਾ ਨਾ ਲਵਾਂ ਪੋਸਟਮਾਰਟਮ ਵਾਲੀ ਜਿਹੜੀ ਸਾਡੀ ਅੱਜ ਐਪਲੀਕੇਸ਼ਨ ਸੀ ਉਹ ਇਸੇ ਦੀ ਸਟੇਟਮੈਂਟ ਆਈਓ ਦੇ ਕਰਕੇ ਡਿਕਲਾਈਨ ਹੋ ਗਈ ਜੀ ਹੁਣ ਜਦੋਂ ਅਸੀਂ ਕੋਰਟ ਤੋਂ ਬਾਹਰ ਨਿਕਲੇ ਤਾਂ ਮੈਂ ਇਹਨਾਂ ਦਾ ਮੂੰਹ ਦੇਖਾਂ ਵੀ ਯਾਰ ਕੀ ਕੀਤਾ ਜਾਊਗਾ ਹੁਣੇ ਕੀ ਸਿਚੁਏਸ਼ਨ ਬਣੇਗੀ ਲੇਡੀ 7 ਦਿਨ ਹੋ ਗਏ ਨੇ ਡੈੱਡ ਬੋਡੀ ਸਸਕਾਰ ਨਹੀਂ ਹੋਇਆ ਡੀਕੰਪੋਜ਼ ਹੋ ਰਹੀ ਹੈ ਉਹਦੀ ਕੰਡੀਸ਼ਨ ਡੈਟੋਰੇਟਡ ਹੋ ਰਹੀ ਹੈ ਵੀ ਆਪਾਂ ਕਰਾਂਗੇ ਕੀ ਤਾਂ ਮੈਂ ਇਹਨਾਂ ਨੂੰ ਪੁੱਛਿਆ ਕਹਿੰਦੇ ਕਿ ਵਕੀਲ ਸਾਹਿਬ ਅਸੀਂ ਭਾਵੇਂ ਬੋਡੀ ਫੂਟੇਜ ਚ ਰੱਖੀਏ ਮੈਕਸ ਚ ਰੱਖੀਏ ਉਹਨੂੰ ਦਵਾਈਆਂ ਲਵਾ ਕੇ ਮੋਰਚਰੀ ਚ ਰੱਖੀਏ ਬਟਾ ਇਨਸਾਫ ਤਾਂ ਦੇਖੋ ਜਦ ਤੱਕ ਪੋਸਟਮਾਰਟਮ ਨਹੀਂ ਹੁੰਦਾ ਤੇ ਸਾਨੂੰ ਦੇਖੋ ਕ੍ਰਿਮੀਨਲ ਭਾਜੀ ਕੋਰਟਸ ਦੇ ਵਿੱਚ ਤਾਂ ਵਿਦਆਊਟ ਪੀਐਮਆਰ ਸਾਡੀ ਜਿਹੜਾ ਅੱਗੇ ਕੇਸ ਨੇ ਪ੍ਰੋਸੀਡ ਹੀ ਨਹੀਂ ਕਰਨਾ ਸੋ ਇਹ ਕਹਿੰਦਾ ਕਿ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਓ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਰੱਖਣਾ ਹੈ ਮੈਂ ਇੱਕ ਗੱਲ ਜ਼ਰੂਰ ਰੱਖਾਂਗਾ ਜਿਹੜੀ ਮੈਨੂੰ ਮੈਨੂੰ ਲੱਗਦਾ ਵੀ ਮੇਰੇ ਜਾਇੰਤ ਚੱਲੀ ਜਾਂਦੀ ਸੀ ਸਿਹਰ ਦੀ ਤਾਂ ਮੈਂ ਸਰਪ੍ਰਾਈਜ਼ ਵੀ ਐਕਟੈਂਟ ਕੰਡਕਟ ਕਿਉਂਕਿ ਸਾਡੀ ਇਨਵੈਸਟੀਗੇਸ਼ਨ ਏਜੰਸੀ ਸਟੇਟ ਦੀ ਕਰਕ ਹੀ ਰਹੀ ਹੈ ਦੇਖੋ ਜਦੋਂ ਆਪਾਂ ਲੰਮੀ ਡਿਸਕਸ਼ਨ ਕੀਤੀ ਉਹਨਾਂ ਨੇ ਦੱਸਿਆ ਵੀ ੱੱਕਾ ਵੱਜਿਆ ਹੈ ਮੌਕੇ ਦੇ ਉੱਪਰ ਜੋ ਹਾਲਾਤ ਬਣੇ ਆਪਾਂ ਸਾਰਾ ਡਿਟੇਲ ਚ ਆਇਆ ਹੁਣ ਬੀਇੰਗ ਅ ਲਾਇਰ ਇਹਨਾਂ ਨੇ ਮੈਨੂੰ ਅਪਾਇੰਟ ਕੀਤਾ ਵੀ ਤੁਸੀਂ ਮੇਰਾ ਕੇਸ ਫਾਈਟ ਕਰੋ ਮੈਂ ਇੱਕ ਦਾਇਰੇ ਚ ਰਹਿ ਕੇ ਇਹਨਾਂ ਕੀ ਜਿਹੜਾ ਇੱਕ ਸਬ ਇਨਸਪੈਕਟਰ ਦਾ ਇੱਕ ਐਸ ਐਚਓ ਸੀ ਕੀ ਉਹਨੇ ਕਿਵੇਂ ਆਪਣੇ ਵੱਲੋਂ ਕੋਈ ਸੈਲਫ ਡਿਗਰੀ ਪਾਸ ਕੀਤੀ ਹੈ ਰਿਗਾਰਡਿੰਗ ਦੀ ਐਮਬੀ ਐਮਬੀਬੀਐਸ ਕੀ ਜਿਹੜਾ ਉਹ ਕਹਿ ਰਿਹਾ ਕਿ ਇਹ ਤਾਂ ਜੀ ਨੈਚੁਰਲ ਡੈਥ ਹੈ ਸਾਨੂੰ ਕੋਈ ਇਹੋ ਜੀ ਗੱਲ ਨਹੀਂ ਲੱਗੀ ਕਿ ਅਨ ਨੈਚੁਰਲ ਡੈਥ ਹੈ ਜਾਂ ਸਸਪੀਸ਼ੀਅਸ ਸਰਕਮਸਟੈਂਸ ਹੈ ਇਹਦਾ ਮਤਲਬ ਨੈਚੁਰਲ ਡੈਥ ਇੱਕ ਸਬ ਇਨਸਪੈਕਟਰ ਜਾਂ ਇੱਕ ਐਸ ਐਚਓ ਕਿਵੇਂ ਕਹਿ ਸਕਦਾ ਹੈ ਕਿ ਮੈਂ ਵੈਸੇ ਇੱਕ ਜਨਰਲ ਹੀ ਗੱਲ ਕਰਦਾ ਭਾਵੇਂ ਡੀਜੀਪੀ ਸਾਹ ਪੰਜਾਬ ਨੇ ਜੇਕਰ ਤੁਸੀਂ ਮੈਟਰ ਨੂੰ ਇਨਵੈਸਟੀਗੇਟ ਕਰਨਾ ਹੈ ਸੁਪੀਰੀਅਰ ਆਫੀਸਰ ਦੀ ਮੈਂ ਗੱਲ ਕਰ ਰਿਹਾ ਤਾਂ ਉਹਦੇ ਵਾਸਤੇ ਸਪੋਰਟਿਵ ਐਵੀਡੈਂਸ ਜ਼ਰੂਰੀ ਹੈ ਕਿ ਉਹਦਾ ਪੋਸਟਮਾਰਟਮ ਕਰੋ ਅਸੈਸ ਕਰੋ ਕਿ ਕੌਜ਼ ਆਫ ਡੈਥ ਕੀ ਕਾਰਨ ਕਰਕੇ ਹੋਈਏ ਫਿਰ ਤੁਸੀਂ ਕਹਿ ਸਕਦੇ ਹੋ ਕਿ ਕੌਜ਼ ਆਫ ਡੈਥ ਦੇ ਵਿੱਚ ਕੋਈ ਇਹ ਜੀ ਇੰਜਰੀ ਕੁਛ ਸੱਟ ਨਹੀਂ ਆਈ ਫਿਰ ਤੁਸੀਂ ਫਿਰ ਮੈਂ ਤੁਹਾਡੀ ਫਾਈਂਡਿੰਗ ਤੇ ਉੱਪਰ ਮੈਂ ਤਵੱਜੋ ਦੇ ਸਕਦਾ ਸੈਕੰਡ ਜਰਨਲੀ ਗੱਲ ਕਰਦਾ ਆ ਆਪਾਂ ਸੁਣਿਆ 174 ਦੀ ਕਾਰਵਾਈ ਚ ਕੀ ਟਿੱਕਾ ਹੈ ਕਿ ਕੇਸ ਜਿਹੜੀ ਉਹਨਾਂ ਨੇ ਖੁੱਡੇ ਲੈਣ ਮਾਰਨੀ ਹੈ ਨਾ ਉਹ 174 ਚ ਪਾਤੀ 174 ਦਾ ਵਿਥਿਨ ਦੀ ਫਰੇਮਵਰਕ ਆਫ ਲਾ ਵੀ ਇਹਨਾਂ ਨੇ ਇਨਵੈਸਟੀਗੇਸ਼ਨ ਏਜੰਸੀ ਨੇ ਉਹਨੂੰ ਫੁੱਲਫਿਲ ਨਹੀਂ ਕੀਤਾ ਉਹ ਕਹਿੰਦੇ ਜੀ ਇਹ ਤਾਂ ਨੈਚੁਰਲ ਡੈਥ ਹੈ ਨਹੀਂ ਉਹਦੇ ਚ ਇਹਨਾਂ ਦਾ ਕੀ ਸੀ ਕੀ ਐਕਟ ਚਾਹੀਦਾ ਸੀ ਕਿ ਇਹ ਬਕਾਇਦਾ ਉਹਦੀ ਚਾਰ ਬੰਦੀਆਂ ਦੀ ਪਿੰਡੋ ਸਟੇਟਮੈਂਟ ਲੈਂਦੇ ਜਿੱਥੇ ਡੈੱਡ ਬੋਡੀ ਪਈ ਹੈ ਔਰ ਉਸ ਤੋਂ ਬਾਅਦ ਉਹਦਾ ਮੈਡੀਕਲ ਪੋਸਟਮਾਰਟਮ ਦੀ ਰਿਪੋਰਟ ਉਹਨੂੰ ਅਟੈਚ ਕਰਕੇ ਫਿਰ ਉਹ ਰਿਪੋਰਟ ਮੌਕੇ ਦੇ ਮੈਜਿਸਟਰੇਟ ਨੂੰ ਦੇਣੀ ਸੀ ਇਹ ਤਾਂ ਯਾਰ ਕੋਈ ਪ੍ਰੋਸੈਸ ਆਫ ਲਾ ਫੋਲੋ ਨਹੀਂ ਕੀਤਾ ਇੱਕ ਸਬ ਇੰਸਪੈਕਟਰ ਐਸਐਚਓ ਨੇ ਕਹਿਤਾ ਵੀ ਨੈਚੁਰਲ ਡੈਥ ਹੈ ਕੀ ਮੈਂ ਯਾਰ ਕਮਾਲ ਦੀ ਗੱਲ ਹੈ ਸਾਰਾ ਸਾਰਾ ਕਾਨੂੰਨ ਚੁੱਕ ਕੇ ਤੁਸੀਂ ਛਿੱਕੇ ਟੰਕਤਾ ਵੀ ਤੁਸੀਂ ਐਟ ਲੀਸਟ ਤੁਸੀਂ ਕੋਈ ਡਾਕਟਰ ਨਹੀਂ ਤੁਹਾਡੇ ਕੋਲ ਕੋਈ ਡਾਕਟਰਸ ਰਿਲੇਟਡ ਕੋ ਡਿਗਰੀ ਨਹੀਂ ਪਲੱਸ 2 ਮੈਡੀਕਲ ਤੁਸੀਂ ਕੀਤਾ ਨਹੀਂ ਐਮਪੀਬੀਐਸ ਕੀਤੀ ਨਹੀਂ ਐਮਟੀ ਤੁਸੀਂ ਕੀਤੀ ਨਹੀਂ ਤੁਹਾਡੇ ਮੈਂ ਲਾਇਰ ਹਾਂ ਕਿ ਬੀਇੰਗ ਅ ਲਾਇਰ ਮੈਂ ਕਿਸੇ ਜੁਡੀਸ਼ੀਅਲ ਆਫੀਸਰ ਦਾ ਜਾਂ ਕਿਸੇ ਪੁਲਿਸ ਆਫੀਸਰ ਦਾ ਜਾਂ ਕਿਸੇ ਹੋਰ ਆਫੀਸਰ ਦਾ ਮੈਂ ਫਾਈਨਿੰਗ ਦੇ ਸਕਦਾ ਸੋ ਮੈਂ ਗੱਲ ਕਹਾਂਗਾ ਕਿ ਨਾਓ ਇਟਸ ਅ ਗ੍ਰੇਟ ਫੇਲਿਅਰ ਇਟਸ ਟੋਟਲੀ ਲਾਅਲੈਸਨੈਸ ਇਨ ਸਿੰਪਲ ਵਰਡ ਇੱਕ ਚੀਜ਼ ਮੈਂ ਹੋਰ ਭਾਈ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਇੱਕ ਚੀਜ਼ ਤੁਹਾਡੇ ਦੋਨਾਂ ਦਾ ਬਈਏ ਚੀਜ਼ ਮੈਂ ਜਵਾਬ ਜਾਨਣਾ ਚਾਹਾਂਗਾ ਕਿ ਹੁਣ ਫਦਰ ਪ੍ਰੋਸੈਸ ਕੀ ਹੈ ਇਸ ਚੀਜ਼ ਨੂੰ ਤੁਸੀਂ ਕਿਸ ਚੀਜ਼ ਦਾ ਨਾਮ ਦਿੰਦੇ ਹੋ ਜਾਂ ਤੁਸੀਂ ਨਾਮ ਦੇ ਰਹੇ ਹੋ ਕਿ ਸਤਵਿੰਦਰ ਬੁੱਕਾ ਦੀ ਪੁੱਛ ਦਾ ਜੋ ਵੀ ਉਹ ਆਪਣਾ ਜ਼ੋਰ ਲਾ ਰਹੇ ਨੇ ਆਫ ਸਕ੍ਰੀਨ ਜਾਂ ਪਿੱਛੇ ਨੂੰ ਹੋ ਕੇ ਇਸ ਚੀਜ਼ ਦਾ ਤੁਸੀਂ ਐਕਚੁਅਲ ਜੀ ਕੀ मीनिंग ਸਮਝਦੇ ਹੋ ਨਾਲੇ ਹੁਣ ਫਰਦਰ ਪ੍ਰੋਸੈਸ ਕੀ ਹੈ ਡੈੱਡ ਬੋਡੀ ਨੂੰ ਲੈ ਕੇ ਨਾਲੇ ਆਪਣੀ ਇਸ ਜਿਹੜੀ ਕੌਂਟਰੋਵਰਸੀ ਚੱਲ ਰਹੀ ਹੈ ਤੁਹਾਡੇ ਤੁਹਾਡੇ ਬ੍ਰਦਰ ਨਾਲ ਉਹਨੂੰ ਲੈ ਕੇ ਸਰ ਪਹਿਲੀ ਗੱਲ ਮੈਂ ਛੋਟਾ ਜਿਹਾ ਾਕਾੜ ਦਿਖਾ ਦਿੰਨਾ ਆ ਦੇਖਿਓ ਜੀ ਇਹ ਇਹ ਜਿਸ ਦਿਨ ਪਹਿਲਾਂ ਆ ਮੇਰੇ ਮੇਰੇ ਗਲਾ ਘੁੱਟਣਾ ਆ ਰਿਹਾ ਆ ਦੌੜੇ ਆ ਰਿਹਾ ਜੀ ਆ ਗਿਆ ਨਾ ਇੱਥੇ ਆ ਮੈਨੂੰ ਫੜ ਲਿਆ ਨੇ ਇਹਦੇ ਨਾਲ ਹੀ ਜਿਹੜੀ ਤੁਸੀਂ ਗੱਲ ਕਰਦੇ ਸੀ ਵੀ ਦੋ ਬੰਦੇ ਆ ਜਦੋਂ ਭੱਜਿਆ ਰਿਹਾ ਆ ਸਾਰਾ ਦੋ ਬੰਦੇ ਨਾਲ ਆ ਸਰ ਆ ਦੇਖੋ ਇਹਦੇ ਪਿੱਛੇ ਠੀਕ ਹੈ ਜਿਹੜੀ ਆ ਕਿ ਮੈਨੂੰ ਫੜਦੇ ਆ ਓਕੇ ਸਰ ਅਗਲੀ ਗੱਲ ਇਹ ਆ ਵੀ ਮੈਨੂੰ ਤਾਂ ਸਰ ਮੇਰੇ ਨਾਲ ਤਾਂ ਇਸ ਤੋਂ ਵੱਡਾ ਧੱਕਾ ਕੀ ਆ ਮੈਂ ਤਾਂ ਪੋਸਟ ਮਾਰਟਮ ਤੱਕ ਨਹੀਂ ਕਰਾ ਸਕਦਾ ਐ ਐਡਾ ਵੱਡਾ ਧੱਕਾ ਮੇਰੇ ਬੱਚੇ ਨੂੰ ਕੈਨੇਡਾ ਧਮਕੀਆਂ ਮਿਲ ਰਹੀਆਂ ਮੈਨੂੰ ਕੋਈ ਪ੍ਰੋਟੈਕਸ਼ਨ ਨਹੀਂ ਹੈਗੀ ਮੇਰਾ ਕਸੂਰ ਤਾਂ ਦੱਸ ਦੋ ਕੀ ਆ ਮੇਰਾ ਜੋ ਵੀ ਆ ਮੈਨੂੰ ਮਾਨ ਜੋ ਕੋਰਟ ਤੇ ਬੜਾ ਭਰੋਸਾ ਹੈ ਤੇ ਮੈਂ ਆਪਣੇ ਆਪ ਨੂੰ ਇਸ ਗੱਲੋਂ ਥੋੜਾ ਜਿਹਾ ਸਮਝਦਾ ਵੀ ਚੱਲ ਮੈਨੂੰ ਜਿਕਣਾ ਕਹਿੰਦੇ ਨਾ ਲੰਬਾ ਸਾਹ ਇੱਕ ਥੋੜਾ ਜਿਹਾ ਆ ਰਿਹਾ ਮੈਨੂੰ ਸਕੂਨ ਦਿਖ ਰਿਹਾ ਹੈ ਘੁੰਮਣ ਬ੍ਰਦਰ ਤੋਂ ਦਿਖ ਰਿਹਾ ਹੈ ਇਹ ਮੈਨੂੰ ਉਮੀਦ ਹੈ ਵੀ ਮੈਨੂੰ ਇਹ ਇਨਸਾਫ ਲੈ ਕੇ ਦੇਣਗੇ ਬਸ ਬਾਕੀ ਜੀ ਘੁੰਮਣ ਜੀ ਤੁਹਾਨੂੰ ਦੱਸ ਬਾਈ ਜੀ ਇੱਕ ਚੀਜ਼ ਮੈਨੇ ਕੋਲ ਵੀ ਪੁੱਛਣਾ ਚਾਹਾਂਗਾ ਮੈਂ ਕਿ ਪਹਿਲਾਂ ਤੁਹਾਡੇ ਕੋਲੋਂ ਜਾਨਣਾ ਚਾਹੁੰਦਾ ਆ ਕਿ ਹੁਣ ਜਿਹੜੀ ਆਉਣ ਵਾਲੀ ਲੜਾਈ ਆ ਹੁਣ ਕਿਹੜੇ ਪਰਪਸ ਤੋਂ ਲੜੀ ਜਾਊਗੀ ਇੱਕ ਯਾ ਆਪਣੀ ਵਾਈਫ ਦੀ ਜਿਹੜਾ ਤੁਹਾਡਾ ਤੁਸੀਂ ਕਹਿ ਰਹੇ ਹੋ ਕਿ ਹਾਂ ਵੀ ਉਹਨਾਂ ਨਾਲ ਮਿਸ ਹੈਪਨਿੰਗ ਐਦਾਂ ਦੀ ਹੋਈ ਹੈ ਜਿਹੜੀ ਤੁਹਾਡੇ ਬ੍ਰਦਰ ਵੱਲੋਂ ਕੀਤੀ ਗਈ ਆ ਯਾ ਲੜਾਈ ਲੜੀ ਜਾਊਗੀ ਪ੍ਰੋਪਰਟੀ ਨੂੰ ਲੈ ਕੇ ਦੋਵਾਂ ਦੀ ਕਿਹੜੀ ਲੜਾਈ ਹੋਊਗੀ ਸਰ ਮੇਰੇ ਲਈ ਮੇਰੀ ਪਤਨੀ ਤੋਂ ਉੱਪਰ ਤਾਂ ਕੁਝ ਵੀ ਨਹੀਂ ਹੈਗਾ ਮੇਰੀ ਜ਼ਿੰਦਗੀ ਆ ਮੇਰੀ ਜਿਹੜੀ ਅਗਲੀ ਜ਼ਿੰਦਗੀ ਆ ਉਹਨੂੰ ਫਿਰ ਤਾਂ ਮਕੀਆ ਸਰ ਆਪਣੀਆਂ ਉਪਰੂਪਰੀਆਂ ਤਾਂ ਸਾਰੀਆਂ ਖਤਮ ਐ ਜੀ ਪਿੱਛੇ ਰਹਿ ਗਈਆਂ ਮੇਰੇ ਲਈ ਤਾਂ ਮੇਰੀ ਪਤਨੀ ਨੂੰ ਜੋ ਮੇਰੀਆਂ ਅੱਖਾਂ ਦੇ ਸਾਹਮਣੇ ਬੁੱਕੇ ਨੇ ਧੱਕਾ ਦਿੱਤਾ ਇਹ ਨਹੀਂ ਨਾ ਝੂਠ ਬੋਲਦੀਆਂ ਉਹਨੂੰ ਅੱਧਾ ਪਾਟ ਕੱਟ ਕੇ ਇੱਕ ਪੁਲਿਸ ਅਫਸਰ ਇਹ ਸਭ ਕੁਝ ਬਣ ਗਿਆ ਪੁਲਿਸ ਅਫਸਰ ਸਰ ਕਦੋਂ ਦੇ ਗਵਾਹ ਬਣਨ ਲੱਗ ਗਏ ਜੀ ਤੁਸੀਂ ਦੇਖਿਆ ਹਿੰ ਤੱਕ ਕਦੇ ਪੁਲਿਸ ਅਫਸਰ ਵੀ ਗਵਾਹੀਆਂ ਦੰਦੇ ਹੋ ਸਰ ਮੇਰੇ ਲਈ ਮੇਰੀ ਪਤਨੀ ਆ ਜਮੀਨ ਜਮੂਨ ਤਾਂ ਜੇ ਮੈਨੂੰ ਇਹ ਕਹਿੰਦ ਹੁੰਦਾ ਨਾ ਮੈਨੂੰ ਮੈਂ ਹਾਂ ਮੈਨੂੰ ਯਕੀਨ ਹੋ ਜਾਂਦਾ ਕਹਿ ਤਾਂ ਹੁਣ ਮੇਰੇ ਦਿੱਤਾ ਹੀ ਬੇਟੇ ਨੂੰ ਯਕੀਨ ਹੋ ਜਾਂਦਾ ਵੀ ਮੇਰੀ ਪਤਨੀ ਨੂੰ ਮਾਰ ਦਊਗਾ ਮੈਂ ਸਰ ਸਾਰੀ ਓ ਜਮੀਨ ਦੇ ਦਿੰਦਾ ਮੈਨੂੰ ਯਕੀਨ ਇਹ ਨਹੀਂ ਸੀ ਵੀ ਮਾਰ ਦਊਗਾ ਤੇ ਬਾਜੀ ਫਰਦਰ ਹੁਣ ਇਸ ਚੀਜ਼ ਦੀ ਇਸ ਚੀਜ਼ ਦਾ ਨੈਕਸਟ ਸਟੈਪ ਕੀ ਹੈ ਸੌਡਰਲੀ ਤਾਂ ਹੁਣ ਸਭ ਤੋਂ ਜਿਹੜੀ ਇੰਪੋਰਟੈਂਟ ਲੜਾਈ ਹੈ ਨਾ ਜੀ ਉਹ ਕਹਿੰਦੇ ਨਹੀਂ ਵੀ ਪਰਚਾ ਜਿਹੜਾ ਹੁਣ ਹਾਲ ਦੀ ਘੜੀ ਮੈਂ ਚ ਕੋਰਟ ਚ ਵੀ ਜਾ ਸਭ ਨੂੰ ਕਿਹਾ ਮੈਂ ਕਿਹਾ ਜੱਜ ਸਾਹਿਬ ਪਰਚੇ ਬਾਰੇ ਮੈਂ ਅੱਜ ਹਰੀ ਨਹੀਂ ਕਿਉਂਕਿ ਮੈਨੂੰ ਵੀ ਪਤਾ ਕਿ ਲੜਾਈ ਸਾਨੂੰ ਡਟ ਕੇ ਲੜਨੀ ਪਊ ਅੱਜ ਦੀ ਲੜਾਈ ਤੇ ਐ ਵੀ ਬੀਬਾ ਜੀ ਦੀ ਜਿਹੜੀ ਡੈੱਡ ਬੋਡੀ ਘਰੇ ਆ ਤੁਸੀਂ ਘਰ ਦੇ ਹਾਲਾਤ ਦੇਖੋ ਵੀ ਉੱਥੇ 2-400 ਬੰਦਾ ਬੈਠਾ ਪਿੰਡ ਵਾਲੇ ਦੇਖ ਰਹੇ ਨੇ ਵੀ ਕਿਸੇ ਪਾਸਿਓਂ ਕੋਈ ਅੱਜ ਤਾਂ ਸਾਡੇ ਲਈ ਲੜਾਈ ਭਾਜੀ ਇੱਕ ਪੋਸਟਮਾਰਟਮ ਕਰਾਉਣ ਦੀ ਓਕੀ ਹੋਗੀ ਹੁਣ ਦੇਖੋ ਹੋਇਆ ਕੀ ਇਸ ਕੇਸ ਚ ਇੱਕ ਆਫੀਸਰ ਤੋਂ ਬਾਅਦ ਦੂਜਾ ਆਫੀਸਰ ਸਿਵਲ ਦੇ ਵਿੱਚ ਗਏ ਆ ਸਿਵਲ ਸਰਜਨ ਕੋਲ ਗਏ ਨੇ ਐਸਐਮ ਕੋਲ ਉਹ ਉਹਦੇ ਤੇ ਪਾ ਰਿਹਾ ਉਹ ਕਹਿੰਦਾ ਉਹਨੇ ਪਾਣੀ ਹੈ ਅਖੀਰ ਚ ਆ ਕੇ ਪਤਾ ਲੱਗਦਾ ਕਿ ਆਯੋ ਦੀ ਡਿਸਕ੍ਰਿਪਸ਼ਨ ਹੈ ਆਯੋ ਜਿਹੜਾ ਬੇਸਿਕਲੀ ਇੱਕ 420 ਦੀ ਵੀ ਕਿਸੇ ਤੇ ਕੰਪਲੇਂਟ ਦਈਏ ਨਾ ਕਿਤੇ ਬਲਫ ਮਾਰਿਆ ਦਰਖਾਸਤ ਦੇ ਦਈਏ ਜਾਂ 420 ਦੀ ਐਸਐਸਪੀ ਤੋਂ ਬਾਅਦ ਆਪਾਂ ਨੂੰ ਪਤਾ ਡੀਐਸਪੀ ਦੇ ਜਾਂਦੀ ਹੈ ਜਾਂ ਕਿਤੇ ਲੋਕਲ ਥਾਣੇ ਚ ਉਹਦੀ ਤਵਦੀਸ਼ ਹੁੰਦੀ ਹੈ ਫਿਰ ਉਹ ਲਿਖਦੇ ਨੇ ਵੀ ਤਵਦੀਸ਼ੀ ਅਫਸਰ ਨੇ ਆ 420 ਦੀ ਕੰਪਲੇਂਟ ਚ ਪਾਇਆ ਐਸ ਪਰ ਦੀ ਜੱਜਮੈਂਟ ਪਾਸਡ ਬਾਈ ਦੀ ਔਨਰੇਬਲ ਸੁਪਰੀਮ ਕੋਰਟ ਅਰ ਨੇਸ਼ ਕੁਮਾਰ ਉਹ ਕਹਿੰਦੀ ਹੈ ਡਿਟੇਲ ਇਨਕੁਆਰੀ ਤੋਂ ਬਾਅਦ ਤੁਸੀਂ ਸੰਮਨ ਪਰਮਾਨੇ ਦੇਣੇ ਨੇ ਉਹਦੀ ਵੀ ਤਫ਼ਤੀਸ਼ ਦੇਖੀ ਜਾਂਦੀ ਔਰ ਇਸ ਕੇਸ ਦੇ ਵਿੱਚ ਇੱਕ ਆਈਓਈ ਸਿੱਧਾ ਕਹਿ ਰਿਹਾ ਜੀ ਕਿ ਮੈਨੂੰ ਤਾਂ ਸਸਪੀਸ਼ੀਅਸ ਕੁ ਲੱਗਾ ਹੀ ਨਹੀਂ ਔਰ ਦੇਖੋ ਮੈਂ ਇੱਕ ਚੀਜ਼ ਤੁਹਾਡੇ ਮਾਧਿਅਮ ਰਾਈ ਕਰਨਾ ਚਾਹੁੰਦਾ ਲਲਿਤਾ ਕੁਮਾਰੀ ਵਰਸ ਸਟੇਟ ਆਫ ਯੂਪੀ ਮਾਨਜੋਕ ਸੁਪਰੀਮ ਕੋਰਟ ਉਹ ਕੀ ਕਹਿ ਰਹੀ ਹੈ ਕਿ 7 ਡੇਜ਼ ਇਟਸ ది ਡਿਊਟੀ ਆਫ ਦੀ ਪੁਲਿਸ ਅਫੀਸਰ ਟੂ ਰਜਿਸਟਰ ਦੀ ਐਫ ਆਈ ਆਰ ਈਵਨ ਇਨ ਕੋਗਨੀਜੇਬਲ 498 ਵਾਲੇ ਕੇਸਾਂ ਚ ਵੀ ਲਲਿਤਾ ਕੁਮਾਰੀ ਕਲੀਅਰ ਕਟ ਕਹਿ ਰਹੀ ਹੈ ਸੋ ਯੂ ਹੈਵ ਟੂ ਫੋਲੋ ਈਵਨ ਦੀ ਐਸ ਐਸ ਬੀ ਕਨਸਰਨ ਦੀ ਡੀ ਜੀ ਪੀ ਦੀ ਐਸ ਐਚਓ ਯੂ ਹੈਵ ਟੂ ਫੋਲੋ ਦੀ ਜਜਮੈਂਟਸ ਪਾਸਡ ਬਾਏ ਦੀ ਔਨਰੇਬਲ ਅਪੈਕਸ ਕੋਰਟ ਦੀ ਸੁਪਰੀਮ ਕੋਰਟ ਯੂ ਆਰ ਨੋਟ ਟੂ ਸੇ ਐਨੀ ਕਹਿ ਸਕਦੇ ਕਿ ਤੁਸੀਂ ਅਬਵ ਦੀ ਲਾ ਨਹੀਂ ਹੈਗੇ ਸੋ ਯੂ ਆਲ ਯੂ ਹੈਵ ਟੂ ਫੋਲੋ ਦੀ ਬੇਸਿਕ ਪ੍ਰੋਸੀਜਰ ਆਫ ਲਾ ਸੋ ਜਿਹੜੀ ਲੜਾਈ ਲੜਾਂਗੇ ਡਟ ਕੇ ਲੜਾਂਗੇ ਸੋ ਔਖੀ ਜ਼ਰੂਰ ਹੈ ਪਰ ਲੜੀ ਜਾਏਗੀ ਇੱਕ ਮਿੰਟ ਮੈਂ ਵਾਈਂਡ ਅਪ ਕਰਾਂਗਾ ਮੈਨੂੰ ਮਤਲਬ ਇਹ ਲੱਗਦਾ ਹੈ ਕਿ ਯਾਰ ਜਿਵੇਂ ਅਸੀਂ ਇਹ ਸਾਰਾ ਡਿਸਪਿਊਟ ਦੇਖ ਰਹੀ ਸੀ ਭਰਾਵਾਂ ਦਾ ਮੈਨੂੰ ਲੱਗਦਾ ਹੈ ਵੀ ਇੱਕ ਜੁੰਦੀ ਜਾਗਦੀ ਉਧਾਰਨ ਹੋਈ ਇੱਕ ਚਲੋ ਬ੍ਰਦਰ ਨੇ ਸਾਨੂੰ ਪੁਆਇੰਟ ਕੀਤਾ ਦਵਿੰਦਰ ਵੀਰ ਜੀ ਨੇ ਅਸੀਂ ਇਹਨਾਂ ਦਾ ਕੇਸ ਹੀ ਫਾਈਟ ਕਰਨਾ ਹੈ ਪਰ ਦੂਜੇ ਪਾਸੇ ਮੈਂ ਇਹ ਗੱਲ ਕਹਾਂਗਾ ਕਿ ਆਪਾਂ ਨੂੰ ਬੀਂਗ ਪੰਜਾਬੀ ਆਪਾਂ ਨੂੰ ਇਹ ਚੀਜ਼ ਵੇਖਣੀ ਚਾਹੀਦੀ ਏ ਯਾਰ ਵੀ ਕਈ ਵਾਰੀ ਇਹ ਭਰਾਵਾਂ ਚ ਘਰਾਂ ਚ ਚੀਜ਼ਾਂ ਚੱਲਦੀਆਂ ਨੇ ਵੀ ਛੋਟੀਆਂ ਚੀਜ਼ਾਂ ਕਰਕੇ ਡਿਸਪਿਊਟ ਖੜਾ ਹੁੰਦਾ ਫਿਰ ਉਹਦੇ ਸ਼ੇਪ ਥੋੜੀ ਹੋਰ ਵੱਡੀ ਬਣਦੀ ਏ ਤੇ ਫਿਰ ਸ਼ੇਪ ਇਸ ਤਰ੍ਹਾਂ ਦੀ ਬਣਦੀ ਏ ਜਦੋਂ ਘਰ ਚ ਮੈਂ ਸਮਝਦਾ ਲੜਾਈ ਮੇਰੇ ਤੇ ਭਰਾ ਦੀ ਹੋ ਸਕਦੀ ਏ ਲੜਾਈ ਮੇਰੀ ਤੀਜੇ ਭਰਾ ਨਾਲ ਹੋ ਸਕਦੀ ਏ ਪਰ ਯਾਰ ਜਿਹੜੀਆਂ ਘਰ ਚ ਲੇਡੀਜ਼ ਨੇ ਉਹ ਇਨੋਸੈਂਟ ਨੇ ਔਰ ਲੇਡੀਜ਼ ਜਿਹੜੀਆਂ ਨੇ ਉਹ ਕਦੀ ਇੰਨਾ ਮਾਮਲਿਆਂ ਚ ਇਨਵੋਲਵ ਨਹੀਂ ਹੁੰਦੀਆਂ ਸੋ ਮੈਂ ਗੱਲ ਕਹਿੰਦਾ ਕਿ ਇਹ ਆਪਾਂ ਨੂੰ ਐਟ ਲੀਸਟ ਗਾਂ ਲੋਕਾਂ ਨੂੰ ਇਹ ਚਾਹੀਦਾ ਵੀ ਛੋਟੇ-ਛੋਟੀਆਂ ਗੱਲਾਂ ਪਿੱਛੇ ਆਪਾਂ ਭੈਣ ਭਰਾਵਾਂ ਦੇ ਨਾਲ ਝਗੜੇ ਕਰਨੇ ਬੰਦ ਕਰਨੀਏ ਨਹੀਂ ਤੇ ਰੂਪ ਜਿਹੜਾ ਉਹ ਇਹ ਵਰਸ ਰੂਪ ਜਿਹੜਾ ਉਤਾਰਨ ਕਰ ਦਿੰਦੀਆਂ ਨੇ ਇਹ ਮੈਂ ਮੈਸੇਜ ਜਿਹੜਾ ਹੈ ਇਹ ਤੁਹਾਨੂੰ ਦੇਣਾ ਚਾਹੁੰਦਾ ਤੇ ਬਹੁਤ ਬਹੁਤ ਧੰਨਵਾਦ ਜੀ ਇੱਕ ਚੀਜ਼ ਮੈਂ ਹੋਰ ਬਈ ਦੀ ਪੁੱਛਣਾ ਚਾਹਾਂਗਾ ਪੋਸਟਮਾਰਟਮ ਨੂੰ ਲੈ ਕੇ ਉਹਦੇ ਚੀਜ਼ ਬਾਰੇ ਹੁਣ ਤੁਸੀਂ ਅੱਗੇ ਕੀ ਸੋਚਦੇ ਹੋ ਯਾਰ ਤੁਸੀਂ ਜਿਹੜਾ ਤੁਸੀਂ ਹੁਣ ਤੱਕ ਨਹੀਂ ਵਾਇਬ ਦਾ ਸਸਕਾਰ ਨਹੀਂ ਕੀਤਾ ਹੈਗਾ 7 ਦਿਨ ਤੋਂ ਬੋਡੀ ਪਈ ਹੋਈ ਹੈ ਉਹਦੇ ਬਾਰੇ ਕੀ ਹੈ ਪਲੀਜ਼ ਅਸੀਂ ਜਲਦੀ ਗੱਲ ਕਰਨਾ ਚਾਹੀਏ ਅਸੀਂ ਤਾਂ ਨਾ ਚਾਹੁੰਦੇ ਸੀਗੇ ਵੀ ਪੋਸਟਮਾਰਟਮ ਕਰਾ ਦਈਏ ਅੱਗੇ ਕੇਸ ਚੱਲਦਾ ਰਹੂਗਾ ਉਸੇ ਕਰਕੇ ਸਾਡੇ ਵਕੀਲ ਸਾਹਿਬ ਨੇ ਰਿਕਵੈਸਟ ਪਾਈ ਸੀਗੀ ਡੀਸੀ ਸਾਹਿਬ ਨੂੰ ਵੀ ਤੇ ਆਪਣੇ ਜੱਜ ਸਾਹਿਬ ਨੂੰ ਵੀ ਹੁਣ ਉਹ ਪੋਜੀਸ਼ਨ ਇਦਾਂ ਦੀ ਆ ਗਈ ਹੁਣ ਸਾਨੂੰ ਹਾਈ ਕੋਰਟ ਆਉਣਾ ਹੀ ਪੈਣਾ ਹੈ ਹੁਣ ਜੋ